कई खुदकशियां कर तुर गए, कई हड बोडे कर खुर गए, ती दा दाज बना हुंदे तुर गए, रोया नी दिल बेईमाना दा, चा वेचण वाला की जाने नी दर्द किसाना दा। जदों 2014 दे विच सरकार बदली है, तुसीं उदों ही गाता सीगा वी चा वेचण वाला की जाने दर्द किसाना दा। 6 महीने होए सी इन्हां नूं बणिआ। जलंधर से भी चलाता गाना चलाता सारे कट्ठे हो गए जलंधर दूरदर्शन वाले भी यार वेखो की कहिंदा है। कहिंदा यार जे तां कहिंदा चाह बेचण वाला अपने मोदी साहब नूं कह रहा। जे मान लो अचानक प्रधानमंत्री मोदी तुहाडे सामने आ जाण, किसे गाने दे राहीं उन्हां नूं संबोधन करना होवे, की कहोगे? मेरे तक आउण किहड़ा देऊ उहनूं। वारी वरसी खट्टण गया सी, खट के लिआंदियां जीना, मानाइयां करे चंद्रा लै जित के नाल मशीना। वाह। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ ਅੱਜ ਫਿਰ ਤੋਂ ਖਾਸ ਕਿਸ਼ਤ ਲੈ ਕੇ ਆਏ ਆ। ਬਿਲਕੁਲ, ਸਾਡੇ ਮਲਵਈ ਮਿੱਤਰ ਆਏ ਹੋਏ ਆ ਜੀ, ਤੇ ਮਲਵਈ ਮਿੱਤਰਾਂ ਦੇ ਨਾਲ ਬਹੁਤ ਦਿਲ ਦੀਆਂ ਡੂੰਘੀਆਂ ਮਿੱਠੀਆਂ ਸਲੂਣੀਆਂ ਗੱਲਾਂ ਕਰਨੀਆਂ ਜੀ, ਤੇ ਮੈਨੂੰ ਚਾਹ ਚੜ੍ਹ ਜਾਂਦਾ ਜਦੋਂ ਸਾਡੇ ਪਿੰਡਾਂ ਵੱਲੋਂ ਕੋਈ ਆਵੇ। ਅੱਜ ਤੁਹਾਡਾ ਪਲੜਾ ਭਾਰੀ ਹੈ। ਕੋਈ ਗੱਲ ਨੀ, ਅਸੀਂ ਤਾਂ ਸਤਿਕਾਰ ਤੁਹਾਡਾ ਵੀ ਉਨਾ ਹੀ ਕਰਦੇ ਹਾਂ ਜੀ। ਮਾਲਵੇ ਦੁਆਬੇ ਮਾਝੇ ਚ ਕੋਈ ਫਰਕ ਨੀ ਗਾ, ਪੰਜਾਬ ਪਿੰਡ ਵਰਗਾ ਜੇ ਅਸੀਂ ਆਪਦੇ ਟੱਬਰ ਦੇ ਜੀ ਸਮਝ ਕੇ ਦੂਜੇ ਨੂੰ ਤਾਂ, ਜਿਵੇਂ ਕਿ ਤੁਸੀਂ ਨਹੀਂ ਸਮਝਦੇ, ਪਰ ਗੱਲ ਇਹ ਆ ਵੀ ਅਸੀਂ ਤਾਂ ਸਾਰਿਆਂ ਨੂੰ ਸਤਿਕਾਰ ਦਿੰਦੇ ਹਾਂ ਜੀ। ਬਿਲਕੁਲ ਸਹੀ ਗੱਲ ਹੈ। ਆ ਹੁਣੇ ਹੁਣੇ ਜਿਹੜੀਆਂ ਗੱਲਾਂ ਮੇਰੇ ਨਾਲ ਕੀਤੀਆਂ ਉਹ ਤੋਂ ਪਤਾ ਲੱਗ ਗਿਆ ਵੀ ਆਪਾਂ ਸਾਰਿਆਂ ਨੂੰ ਸਤਿਕਾਰ ਦਿੰਦੇ ਹਾਂ, ਲੜ ਵੀ ਪੈਂਦੇ ਹਾਂ ਵਿੱਚ ਹੀ। ਪਰ ਚਲੋ ਕੋਈ ਗੱਲ ਨੀ, ਆਇਆ ਗਿਆ ਵੇਖ ਲਈਦਾ ਹੁੰਦਾ, ਆਏ ਗਏ ਦੇ ਸਾਹਮਣੇ ਨਹੀਂ ਲੜੀਦਾ। ਹਲੇ ਆਇਆ ਗਿਆ ਕਦੋਂ ਜੀ, ਮਤਲਬ ਇਦਾਂ ਕਹਿੰਦੇ ਹੁੰਦੇ ਆ। ਸੋ ਅੱਜ ਕਿਹੜੀ ਸ਼ਖਸੀਅਤ ਸਾਡੇ ਨਾਲ? ਦੇਖੋ ਜੀ, ਸਾਡੇ ਨਾਲ ਅੱਜ ਦੁਗਾਣਾ ਗਾਇਕੀ ਦੇ ਵਿੱਚ ਕਮਾਲ ਕਰਨ ਵਾਲੀ ਜੋੜੀ ਹੈ। ਉਹ ਜੋੜੀ ਜਿਹਦੇ ਬਾਬਤ ਮੈਂ ਨਹੀਂ ਕਹਿੰਦਾ, ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਜੋੜੀ, ਇੱਕ ਸ਼ਬਦ ਇਹ ਵਰਤਦੇ ਹੁੰਦੇ ਆ, ਪਰ ਜਿਨ੍ਹਾਂ ਨੂੰ ਪਤਾ ਵੀ ਦੁਗਾਣਾ ਗਾਇਕੀ ਦੀ ਠੇਠਤਾ ਕੀ ਹੁੰਦੀ ਆ, ਜਿਨ੍ਹਾਂ ਨੂੰ ਪਤਾ ਵੀ ਮਾਲਵੇ ਦੇ ਰਿਸ਼ਤੇ ਨਾਤਿਆਂ ਦੀ ਪੇਸ਼ਕਾਰੀ, ਮਾਲਵੇ ਦੀਆਂ ਔਕੜਾਂ, ਮਾਲਵੇ ਦੀਆਂ ਪ੍ਰਾਪਤੀਆਂ, ਪੰਜਾਬ ਦੇ ਪੁਰਾਤਨ ਵਿਰਸੇ ਦੀ ਗੱਲ ਆ ਜਿਹੜੀ, ਉਹ ਰਿਸ਼ਤੇ ਨਾਤਿਆਂ ਦੀ ਗੱਲ ਕਿਵੇਂ ਕੀਤੀ ਜਾਂਦੀ ਆ, ਉਹ ਰਾਜਾ ਸਿੱਧੂ ਤੇ ਰਾਜਵਿੰਦਰ ਕੌਰ ਨੂੰ ਜਾਣਦੇ ਆ। ਵੱਡੀ ਵੱਖਰੀ ਤੇ ਨਿਆਰੀ ਗੱਲ ਇਹ ਆ ਵੀ ਇਹਨਾਂ ਦੇ ਵਿੱਚੋਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਾਲਾ ਝਲਕਾਰਾ ਪੈਂਦਾ ਜੀ। ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਪਹਿਲੀ ਵਾਰੀ ਦੇਖਿਆ ਰਾਜਵਿੰਦਰ ਕੌਰ ਨੂੰ, ਮੈਂ ਆਖਿਆ ਵੀ ਰਣਜੀਤ ਕੌਰ ਜੀ ਦੀ ਭੈਣ ਆ, ਪਰ ਫਿਰ ਮੈਂ ਕਿਹਾ ਨਾ ਮੈਂ ਗਲਤ ਆ ਜੀ। ਪਰ ਪ੍ਰਭਾਵ ਇਹਨਾਂ ਦਾ ਇਹੋ ਜਿਹਾ ਵੀ ਬਿਲਕੁਲ ਤੁਹਾਨੂੰ ਅੱਜ ਉਵੇਂ ਲੱਗੂਗਾ, ਉਹਨਾਂ ਦੀ ਆਵਾਜ਼ ਸੁਣ ਕੇ ਵੀ ਇਉਂ ਲੱਗਦਾ ਜਿਵੇਂ, ਜੇ ਅੱਖਾਂ ਬੰਦ ਕਰ ਲਓ ਤਾਂ ਇਉਂ ਲੱਗਦਾ ਜਿਵੇਂ ਰਣਜੀਤ ਕੌਰ ਹੋਰੀ ਹੀ ਗਾ ਰਹੇ ਹੁੰਦੇ ਨੇ, ਬਿਲਕੁਲ ਕੋਈ ਆਵਾਜ਼ ਦੇ ਵਿੱਚ ਬਹੁਤ ਤੇ ਬੜੀ ਮੈਨੂੰ ਵਧੀਆ ਗੱਲ ਲੱਗਦੀ ਵੀ ਰਾਜਾ ਸਿੱਧੂ ਬਿਲਕੁਲ ਪੰਜਾਬੀ ਗਾਇਕੀ ਦੇ ਜੈਕੀ ਸ਼ਰਾਫ ਲੱਗਦੇ ਆ। ਆਪਾਂ ਸਵਾਗਤ ਕਰਦੇ ਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ, ਤੁਹਾਡਾ ਹੀ ਬਹੁਤ ਬਹੁਤ ਧੰਨਵਾਦ, ਔਰ ਭੈਣ ਜੀ ਹਰਮਨ ਥਿੰਦ ਜੀ ਦਾ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ ਔਰ ਸਾਰੇ ਸਰੋਤਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਸੀਂ ਸਾਡੇ ਰੱਬ ਵਰਗੇ ਸਰੋਤਿਆਂ ਦੇ ਤੁਸੀਂ ਰੂਬਰੂ ਕਰਾ ਰਹੇ ਹੋ। ਬਹੁਤ ਮਿਹਰਬਾਨੀ ਜੀ ਤੁਹਾਡਾ, ਜੀ ਆਇਆਂ ਨੂੰ ਤੁਹਾਨੂੰ, ਤੁਸੀਂ ਚੱਲ ਕੇ ਆਏ ਦੂਰੋਂ ਤੇ ਅਸੀਂ ਤੁਹਾਨੂੰ ਦਿਲੀ ਤੌਰ ਦੇ ਉੱਤੇ ਨਾ ਬਸ ਕੀ ਕਹੀਏ ਤੇ ਕੀ ਨਾ ਕਹੀਏ। ਤੁਹਾਨੂੰ ਦੇਖ ਕੇ ਨਾ ਮੈਨੂੰ ਜਿਹੜੀ ਮਨਜੀਤ ਸੰਧੂ ਸੁੱਖਣ ਵਾਲੀ ਆ ਤੇ ਕੁਲਵੰਤ ਕੌਰ ਦੀ ਜੋੜੀ ਵਿੱਚ ਤੇ ਆ ਜਾਂਦੀ ਆ, ਬਿਲਕੁਲ ਤੁਹਾਡਾ ਉਹੋ ਜਿਹਾ ਪ੍ਰਭਾਵ ਆ ਭੈਣ ਜੀ। ਕੁਲਵੰਤ ਕੌਰ ਦੁਨੀਆਂ ਦੇ ਉੱਤੇ ਨਹੀਂ, ਪਰ ਉਹ ਵੀ ਮੇਰੇ ਕੋਲ ਬਹੁਤ ਆਉਣ ਜਾਣ ਸੀਗਾ ਉਹਨਾਂ ਦਾ, ਬੜਾ ਚੰਗਾ ਲੱਗਦਾ ਸੀ ਜਦੋਂ ਆਉਂਦੇ ਸੀਗੇ। ਬਹੁਤ ਪਿਆਰੀ ਜੋੜੀ ਸੀ, ਹਾਂ ਬਹੁਤ ਵਧੀਆ ਜੋੜੀ, ਮਤਲਬ ਸਾਨੂੰ ਵੀ ਜੇ ਅਸੀਂ ਪੁੱਛ ਲੈਂਦੇ ਸੀ ਬਾਈ ਤੇਰਾ ਵੱਡਾ ਭਰਾ ਹੈ, ਮੈਂ ਫਿਰ ਕਹਿ ਦਿੰਦਾ ਮੇਰੇ ਮਾਸੀ ਦਾ ਮੁੰਡਾ। ਅੱਛਾ, ਸਾਡਾ ਮਹਾਂਦਰਾ ਜਿਹਾ ਇੱਕ ਮਤਲਬ ਸੇਮ ਹੀ ਸੀ ਤੇ ਗਾਣੇ ਵੀ ਸਾਡੇ ਇੱਕੋ ਜਿਹੇ ਸੱਭਿਆਚਾਰਕ ਹੁੰਦੇ ਸੀ। ਬਾਈ ਜੀ ਤੁਸੀਂ ਤਾਂ ਜਦੋਂ 2014 ਦੇ ਵਿੱਚ ਸਰਕਾਰ ਬਦਲੀ ਆ, ਹਾਂਜੀ ਹਾਂਜੀ, UPA ਤੋਂ NDA ਬਣੀ ਆ, ਹਾਂਜੀ ਹਾਂਜੀ, ਤੁਸੀਂ ਉਦੋਂ ਹੀ ਗਾਤਾ ਸੀਗਾ ਵੀ ਚਾਹ ਵੇਚਣ ਵਾਲਾ ਕੀ ਜਾਣੇ ਦਰਦ ਕਿਸਾਨਾਂ ਦਾ, ਹਾਂਜੀ ਹਾਂਜੀ, ਇਹ ਤੁਹਾਨੂੰ ਇਦਾਂ ਦੀ ਆਮਦ ਕਿਵੇਂ ਹੋ ਗਈ ਵੀ ਭਾਈ ਆਉਂਦੇ ਸਮੇਂ ਚ ਕੀ ਚੁਣੌਤੀ ਆਉਣੀ ਆ? ਇੱਕ ਅਖਬਾਰ ਲਿਖਦਾ ਹੁੰਦਾ ਸੀ ਇਹਨਾਂ ਬਾਰੇ। ਅੱਛਾ, ਮੈਂ ਪੜ੍ਹਦਾ ਹੁੰਦਾ ਵੀ ਇਹ ਕੀ ਕਰਨਗੇ ਜਦੋਂ ਇਹ 4-5 ਵਾਰੀ ਮੁੱਖ ਮੰਤਰੀ ਬਣੇ ਨਾ ਗੁਜਰਾਤ ਦਾ, ਉਦੋਂ ਇੱਕ ਵਾਰ ਲਿਖਦਾ ਹੁੰਦਾ ਸੀ ਇਹਨਾਂ ਬਾਰੇ। 6 ਮਹੀਨੇ ਹੋਏ ਸੀ ਇਹਨਾਂ ਨੂੰ ਬਣਿਆ ਨੂੰ, ਜਲੰਧਰ ਤੇ ਵੀ ਚਲਾਤਾ ਕੀ ਗਾਣਾ ਚਲਾਤਾ ਸੀ, ਜਲੰਧਰ ਆ ਰਹੇ ਨੇ ਫਿਰ 3-4 ਵਾਰੀ ਜਦੋਂ ਚੱਲਿਆ ਤੇ ਇਹਨਾਂ ਨੂੰ ਫੋਨ ਫਾਨ ਆਉਣ ਲੱਗ ਗਏ, ਉਹ ਸਾਡਾ ਬੰਦਾ ਕਹਿੰਦਾ ਜਾ ਵੇਚਣ ਵਾਲਾ ਜ਼ਰੂਰ ਆ, ਉਹ ਚਲਾਕੀ ਨਾਲ ਚਲਾ ਗਿਆ। ਉਹ ਜਦੋਂ ਸਾਰੇ ਇਕੱਠੇ ਹੋ ਗਏ ਜਲੰਧਰ ਦੂਰਦਰਸ਼ਨ ਵਾਲੇ ਵੀ ਯਾਰ ਵੇਖੋ ਕੀ ਕਹਿੰਦਾ ਇਹ, ਉਹ ਕਹਿੰਦਾ ਯਾਰ ਇਹ ਤਾਂ ਕਹਿੰਦਾ ਚਾਹ ਵੇਚਣ ਵਾਲਾ ਆਪਣੇ ਮੋਦੀ ਸਾਹਿਬ ਨੂੰ ਕਹਿ ਰਿਹਾ। ਉਹ ਗੱਲ ਇਹ ਸੀ, ਮੈਂ ਉਹ ਅਖਬਾਰ ਮੈਂ ਪੜ੍ਹਦਾ ਹੁੰਦਾ ਵੀ ਇਹ ਕਰੂ ਕੀ, 6 ਮਹੀਨੇ ਹੋਏ ਸੀ ਪੂਰੇ ਤੋਂ ਗਾਣ ਦੀਆਂ, ਤੁਹਾਨੂੰ ਚੰਦ ਲੈਣਾ ਸੀ ਸਫਾਈ ਤੇ ਅੰਤਰਾ। ਗਾਣਾ ਗਾਉਣ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਰਮਨ ਜੀ, ਤੁਹਾਡਾ
ਤੇ ਟਹਿਣਾ ਸਭ ਤੁਹਾਡਾ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਕਿਹੜਾ ਗਾਣਾ ਕਹਿੰਦਾ ਸੀ? ਕਹਿੰਦਾ ਸੀ ਦਿਨ ਆਵਣਗੇ ਅੱਛੇ ਵੀ ਤੂੰ ਫਿਰੇ ਮੋੜਦਾ ਬੱਚੇ ਗੱਲ ਦਿਲ ਦੀ ਕੋਈ ਨਾ ਦੱਸੇ ਹੋਈ ਤਿੰਗੋ ਜ਼ੋਰੀ ਨੂੰ ਜੱਟ ਤਰਸਦਾ ਮਰ ਗਿਆ ਵੇ ਯੂਰੀਆ ਦੀ ਬੋਰੀ ਨੂੰ ਕਿਸਾਨ ਤਰਸਦਾ ਮਰ ਗਿਆ ਵੇ ਯੂਰੀਆ ਦੀ ਬੋਰੀ ਨੂੰ ਹੋ ਕਈ ਖੁਦਕਸ਼ੀਆਂ ਕਰ ਤੁਰ ਗਏ ਕਈ ਹੱਡ ਬੋਡੇ ਕਰ ਖੁਰ ਗਏ ਧੀ ਦਾ ਦਾਜ ਬਣਾਉਂਦੇ ਤੁਰ ਗਏ ਰੋਇਆ ਨੀ ਦਿਲ ਬੇਈਮਾਨਾਂ ਦਾ ਚਾਹ ਵੇਚਣ ਵਾਲਾ ਕੀ ਜਾਣੇ ਨੀ ਦਰਦ ਕਿਸਾਨਾਂ ਦਾ ਚਾਹ ਵੇਚਣ ਵਾਲਾ ਕੀ ਜਾਣੇ ਨੀ ਦਰਦ ਕਿਸਾਨਾਂ ਦੇ ਨਰਮਾ ਕੌਡੀਆਂ ਦੇ ਪਾ ਕਰਕੇ ਦਿੱਤਾ ਲਾਭ ਵਪਾਰੀਆਂ ਨੂੰ ਨਰਮਾ ਕੌਡੀਆਂ ਦੇ ਪਾ ਕਰਕੇ ਦਿੱਤਾ ਲਾਭ ਵਪਾਰੀਆਂ ਨੂੰ ਦਸ ਹਜ਼ਾਰ ਕਿੱਲੇ ਦਾ ਘਾਟਾ ਪਿਆ ਕਿਸਾਨ ਵਿਚਾਰਿਆਂ ਨੂੰ ਰਲਗੀ ਚੋਰਾਂ ਦੇ ਸੰਗ ਕੁੱਤੀ ਚੰਦਰੀ ਰਹੀ ਜਾਗਦੀ ਸੁੱਤੀ ਚੰਦਰੀ ਰਹੀ ਜਾਗਦੀ ਸੁੱਤੀ ਵੇ ਲੈ ਗਏ ਚੋਰ ਪਠੋਰੀ ਨੂੰ ਜੱਟ ਤਰਸਦਾ ਮਰ ਗਿਆ ਵੇ ਯੂਰੀਆ ਦੀ ਬੋਰੀ ਨੂੰ ਉਹ ਲਾਜ ਪਊ ਕੋਈ ਕਰਨਾ ਨੀ ਕਾਲੇ ਅੰਗਰੇਜ਼ਾਂ ਦਾ ਜਦ ਲੋਕ ਕਰਨ ਬਾਈਕਾਟ ਇਹਨਾਂ ਦੀਆਂ ਸਿਆਸੀ ਸਟੇਜਾਂ ਦਾ ਹੁਣ ਲੋਕ ਕਰਨ ਬਾਈਕਾਟ ਇਹਨਾਂ ਦੀਆਂ ਸਿਆਸੀ ਸਟੇਜਾਂ ਦਾ ਨੀ ਜਦੋਂ ਕਰੂ ਕਿਸਾਨ ਤਰੱਕੀ ਰਾਜਾ ਸਿੱਧੂ ਸਭ ਲਈ ਲੱਕੀ ਰਾਜਾ ਸਿੱਧੂ ਸਭ ਲਈ ਲੱਕੀ ਹੌਸਲਾ ਵਧੂ ਜਵਾਨਾਂ ਦਾ ਚਾਹ ਵੇਚਣ ਵਾਲਾ ਕੀ ਜਾਣੇ ਨੀ ਦਰਦ ਕਿਸਾਨਾਂ ਕਿਆ ਬਾਤ ਹੈ ਬਹੁਤ ਬਹੁਤ ਖੂਬ ਉਹਨਾਂ ਸਾਰੇ ਹੀ ਸਿਰੜੀ ਕਿਸਾਨਾਂ ਨੂੰ ਲੱਖ ਵਾਰੀ ਸਲਾਮ ਆ ਜਿਹੜੇ ਇੰਨੇ ਲੰਮੇ ਸਮੇਂ ਤੋਂ ਵੱਖ ਵੱਖ ਬਾਰਡਰਾਂ ਦੇ ਉੱਤੇ ਆਪਣੇ ਹੱਕ ਲੈਣ ਲਈ ਡਟੇ ਹੋਏ ਆ। ਹਾਂਜੀ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਵੀ ਤੇ ਹੁਣ ਦੇਖੋ ਮਈ ਜੂਨ ਵੀ ਚੜ੍ਹ ਜਾਣਾ ਤੇ ਇਸ ਕਰਕੇ ਬਈ ਸਿਰੜ ਨੂੰ ਸਲਾਮ ਆ। ਬਿਲਕੁਲ ਸਹੀ ਭੈਣ ਜੀ, ਜਦੋਂ ਤੁਸੀਂ ਇਸ ਗਾਣੇ ਦੇ ਬਾਰੇ ਚ ਸੁਣਿਆ ਸੀ ਤੇ ਤੁਹਾਨੂੰ ਉਸ ਵੇਲੇ ਕੀ ਮਨ ਦੇ ਵਿੱਚ ਵਿਚਾਰ ਆਏ ਸੀ? ਤੁਹਾਨੂੰ ਥੋੜਾ ਅਟਪਟਾ ਨਹੀਂ ਸੀ ਲੱਗਿਆ ਵੀ 6 ਮਹੀਨੇ ਹੋਏ ਨੇ ਹਲੇ ਸਰਕਾਰ ਬਣੀ ਨੂੰ ਤੇ ਹੁਣੇ ਹੀ ਆਪਾਂ ਉਹਨਾਂ ਦੇ ਉੱਪਰ ਇਸ ਤਰੀਕੇ ਨਾਲ ਸਿੱਧੀ? ਮੈਨੂੰ ਇਹ ਨਹੀਂ ਪਤਾ ਸੀ ਇਹਨਾਂ ਨੇ ਕਿਤਾਬ ਪੜ੍ਹੀ ਸੀ ਕੋਈ ਤੇ ਉੱਤੇ ਗਾਣਾ ਗਾਤਾ ਕੁਦਰਤ ਵੱਲੋਂ, ਫਿਰ ਇਹ ਹੋ ਹੀ ਗਿਆ ਸੀ। ਟਰਾਲੀਆਂ ਤੇ ਲਿਖਾ ਲਿਆ ਉਦੋਂ ਹੀ ਲੋਕਾਂ ਨੇ। ਹਾਂ ਹੁਣ ਟਰਾਲੀਆਂ ਦੇ ਕੀ ਲਿਖਿਆ ਸੀ ਚਾਹ ਵੇਚਣ ਵਾਲਾ ਕੀ ਜਾਣੇ ਨਹੀਂ ਪ੍ਰਧਾਨ ਮੰਤਰੀ। ਪਰ ਤੁਹਾਡੀ ਆਵਾਜ਼ ਬਿਲਕੁਲ ਰਣਜੀਤ ਕੌਰ ਭੈਣ ਜੀ ਦੇ ਨਾਲ ਮੇਲ ਖਾਂਦੀ ਆ। ਹਾਂਜੀ ਇਹ ਕੋਈ ਕੁਦਰਤੀ ਤੌਰ ਦੇ ਉੱਤੇ ਜਾਂ ਅਭਿਆਸ ਦੇ ਸਦਕਾ? ਨਹੀਂ ਕੁਦਰਤੀ, ਮੈਂ ਛੋਟੀ ਜਿਹੀ ਹੁੰਦੀ ਸੀ ਮੈਨੂੰ ਪਤਾ ਵੀ ਜਦੋਂ ਸਾਡੇ ਪਿੰਡ ਆਏ ਸੀ ਉਹ ਰਣਜੀਤ ਕੌਰ ਤੇ ਮੁਹੰਮਦ ਸਦੀਕ ਸਾਹਿਬ, ਉਦੋਂ ਉਹਨਾਂ ਨੇ ਗਾਇਆ ਸੀ, ਮੈਂ ਮੂਹਰੇ ਸੁਣਨ ਲੱਗ ਰਹੀ ਸੀਗੀ ਗੀਤ ਜਦੋਂ ਅਖਾੜੇ 'ਚ ਗਈ ਸੀ ਛੋਟੀ ਜਿਹੀ, ਉਹ ਗਾਉਂਦੀ ਸੀ ਵੀ ਸ਼ਰਬਤ ਪਿਆਦੇ ਮਿੱਤਰਾਂ, ਮੈਂ ਐਕਸ਼ਨ ਵੀ ਦੇਖਦੀ ਸੀ ਵੀ ਐਂ ਜੇ ਕਰਦੇ ਸੀ ਗਾ ਗਾ ਕੇ, ਬਸ ਮੈਨੂੰ ਖੁਸ਼ੀ ਸੀਗੀ ਉਹਨਾਂ ਨੂੰ, ਪਤਾ ਨਹੀਂ ਕੁਦਰਤ ਵੱਲੋਂ ਜਾਂ ਆਵਾਜ਼ ਇਹ ਤਾਂ ਹੁਣ। ਅੱਛਾ ਤੇ ਤੁਹਾਨੂੰ ਕਿੰਨੇ ਕੁ ਚਿਰ ਬਾਅਦ ਪਤਾ ਲੱਗਾ ਭਾਈ ਮੈਂ ਉਹੋ ਜਿਹੀ ਹਾਂ? ਕੈਸਟ ਤੋਂ ਬਾਅਦ ਹੀ ਲੋਕਾਂ ਨੇ ਦਿੱਤਾ, ਮੇਰੇ ਸਰੋਤਿਆਂ ਨੇ। ਹਾਂਜੀ ਹਾਂਜੀ ਕਹਿੰਦੇ ਉਹਨਾਂ ਵਰਗੀ ਹੈ। ਬਹੁਤ ਕਮਾਲ ਦੀ ਆਵਾਜ਼ ਆ। ਤੇ ਬਾਈ ਜੀ ਜਿਹੜਾ ਤੁਹਾਡੇ ਗਾਣੇ ਤਾਂ ਬਹੁਤ ਸਾਰੇ ਮਕਬੂਲ ਹੋਏ ਆ, ਇੱਕ ਹੋਰ ਹਰਮਨ ਜੀ ਕਮਾਲ ਦੀ ਗੱਲ ਆ, 2 ਦਰਜਨ ਤੋਂ ਵੱਧ ਇਹਨਾਂ ਨੇ ਕਿਸਾਨੀ ਦੇ ਉੱਤੇ ਗੀਤ ਗਾਏ ਆ। ਕੀ ਬਾਤ, ਕੋਈ ਵੀ ਇੱਕ ਕੈਸਟ ਇਹੋ ਜਿਹੀ ਨਹੀਂ ਜਿਹਦੇ ਵਿੱਚ ਰਾਜਾ ਸਿੱਧੂ ਨੇ ਕਿਸਾਨੀ ਦੀ ਗੱਲ ਨਹੀਂ ਕੀਤੀ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਕੀਤੀ ਹੋਵੇ। ਆ ਜਿਹੜਾ ਟਾਇਰਾਂ ਦੀਆਂ ਗੁੱਡੀਆਂ ਕਸਾਤੀਆਂ ਉਹ ਆਉਣ ਦਿਓ। ਭੱਜੀਆਂ ਮੈਂ ਬਾਹਰ ਨੂੰ ਮੈਂ ਸਬਜ਼ੀ ਬਣਾਉਂਦੀ ਜਦ ਸੋਹਣਿਆ ਤੁਹਾਰਨ ਵਜਾਉਂਦਾ ਕੋਠੇ ਉੱਤੇ ਚੜ ਚੜ ਲਾਵਾਂ ਬਿੜਕਾਂ ਵੇ ਜਦੋਂ ਵਾਣ ਤੂੰ ਨੇ ਆਈ ਵਾਲਾ ਵੇ ਜਦੋਂ ਵਾਣ ਤੂੰ ਨੇ ਆਈ ਵਾਲਾ ਵਾਉਂਦਾ ਵਲ ਪਾ ਕੇ ਆਵਾਂ ਤੁਹਾਡੇ ਬਾਹਰ ਮੂਰ ਦੀ ਨੀ ਹੋਰ ਸਾਰੀਆਂ ਮੈਂ ਗਲੀਆਂ ਭੁਲਾਤੀਆਂ ਮਾਰ ਮਾਰ ਗਲੀ ਵਿੱਚ ਗੇੜੇ ਨਗਰੋਂ ਨੀ ਮੈਂ ਵੀ ਡੈਰਾਂ ਦੀਆਂ ਗੁੱਡੀਆਂ ਮੈਂ ਵੀ ਟਾਇਰਾਂ ਦੀਆਂ ਗੁੱਡੀਆਂ ਕਸਾਤੀਆਂ। ਵਾਹ ਦੇਖੋ ਇਹ ਸਾਡੀ ਮਾਲਵੇ ਦੀ ਗਾਇਕੀ ਹੈ, ਠੀਕ ਹੈ ਨਾ। ਹੁਣ ਇਧਰ ਦੁਆਬੇ ਦੇ ਵਿੱਚ ਹੁੰਦਾ ਟਾਇਰਾਂ ਦੀਆਂ ਗੁੱਡੀਆਂ ਯੋ, ਆਉਂਦਿਆਂ ਕਿਹਾ ਸੀ ਪੰਜਾਬ ਇੱਕ ਪਿੰਡ ਹੈ ਮਾਲਵਾ ਦੁਆਬਾ ਮਾਝਾ ਸਾਰਾ ਆਪਣਾ ਹੈ ਤੇ ਆਉਂਦੇ ਹੀ ਸ਼ੁਰੂ ਹੋ ਗਏ ਵੀ ਸਾਡੇ ਮਾਲਵੇ ਸਾਡੇ ਨਹੀਂ ਆਪਣੇ ਮਾਲਵੇ ਚ ਮਾਲਵੇ ਹਾਂ ਹੁਣ ਤੁਹਾਡੇ ਤਾਂ ਚੱਲਦਾ ਤਾਂ ਹੀ ਹੈ ਨਾ ਟਾਇਰਾਂ ਦੀਆਂ ਗੁੱਡੀਆਂ ਸ਼ਾ ਨੋ ਕਮੈਂਟਸ। ਬਾਈ ਜੀ ਜਦੋਂ ਤੁਸੀਂ ਵਿਸ਼ਿਆਂ ਦੀ ਚੋਣ ਕਰਦੇ ਆ ਉਦੋਂ ਫਿਰ ਕੀ ਮੁੱਖ ਰੱਖ ਕੇ ਕਰਦੇ? ਕਿਉਂਕਿ ਬਹੁਤ ਗਿਣਤੀ ਕਲਾਕਾਰ ਤਾਂ ਕਹਿੰਦੇ ਵੀ ਅਸੀਂ ਉਹ ਗਾਉਂਦੇ ਹਾਂ ਜਿਹੜਾ ਲੋਕ ਪਸੰਦ ਕਰਦੇ ਆ, ਅਸੀਂ ਉਹ ਗਾਉਂਦੇ ਜਿਹਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਵਾਧਾ ਹੋਵੇ, ਪਰ ਤੁਸੀਂ ਰੂਹਦਾਰੀ ਜੀ ਵਾਲੇ ਗੀਤ ਵੱਧ ਗਾਉਂਦੇ ਆ, ਉਹਦੇ ਵਿੱਚੋਂ ਪ੍ਰੋਗਰਾਮ ਨਿਕਲੇ ਆਉਂਦੇ ਆ, ਕੋਈ ਵੱਖਰੀ ਗੱਲ ਆ। ਇਹ ਸਾਰਾ ਕੁਝ ਕਿਵੇਂ ਬਣਦਾ ਪਹਿਣਾ ਸਾਹਿਬ? ਗੱਲ ਪਤਾ ਕੀ ਹੈ, ਜਦੋਂ ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਹੋ ਜੇ ਤਾਂ ਮਤਲਬ ਹੁਣ ਤੁਸੀਂ ਵੇਖੋ ਵੀ ਮੈਂ ਆਪਦੀਆਂ ਕੈਸਟਾਂ 3 ਰੁਪਏ ਆਪ ਲਾਉਂਦਾ ਸੀ ਉਹਨਾਂ ਟਾਈਮਾਂ 'ਚ ਜਦੋਂ ਕਲਾਕਾਰ ਪੈਸੇ ਲੈ ਰਹੇ ਸੀ 2005 ਰਾਜਵਿੰਦਰ ਵੀ ਨਾਲ ਹੀ ਸੀ ਸਾਰੇ ਇਕੱਠੇ ਹੀ ਅਸੀਂ ਲਾਉਂਦੇ ਸੀ ਰਲ ਕੇ ਅਤੇ ਉਹ ਕਾਰਨ ਪਤਾ ਕੀ ਸੀ? ਜਿਹੜਾ ਸੀ ਗਰਮ ਮਸਾਲਾ ਉਹਦਾ ਪਤਾ ਸੀ ਅਨੁਸਾਰ ਵਿਕਦਾ ਸੀ ਉਹ ਜਿਹੜਾ ਸੱਭਿਆਚਾਰਕ ਮੈਟਰ ਹੈ ਉਹ ਹੌਲੀ ਹੌਲੀ ਵਿਕਦਾ
ਜਦੋਂ ਵਿਕ ਜੇ ਤੇ ਫਿਰ ਉਹਦਾ ਵੋਟ ਲੱਗਣ ਵਾਲੀ ਗੱਲ ਹੈ ਜਦੋਂ ਲੱਗ ਜੇ ਉਹ ਪਤਾ ਕਾਰਨ ਪਲੱਸ ਪੁਆਇੰਟ ਸਾਨੂੰ ਕੀ ਮਿਲਿਆ ਵੀ ਸਾਡੇ ਗਾਣੇ ਮਤਲਬ ਇੱਦਾਂ ਦੇ ਪਰਿਵਾਰਕ ਗਾਣੇ ਗੱਲਾਂ ਗੀਤ ਦੀ ਗੱਲ ਜ਼ਮੀਨਾਂ ਦੀ ਗੱਲ ਪਟਵਾਰੀ ਦੀ ਗੱਲ ਜਿਵੇਂ ਪਟਵਾਰੀ ਨੇ ਰਿਸ਼ਵਤ ਲੈਣੀ ਇੱਕ ਮੇਰਾ ਗਾਣਾ ਉਹ ਵੀ ਬਹੁਤ ਮਸ਼ਹੂਰ ਹੋਇਆ ਸੀ ਤੇਰਾ ਲਾਲਚੀ ਢੋਲ ਪਟਵਾਰੀ ਨਹੀਂ ਪੈਸੇ ਲੈਂਦਾ ਫੜਿਆ ਗਿਆ ਮਤਲਬ ਇਹਨਾਂ ਜਿਹੜੀਆਂ ਗੱਲਾਂ ਤੇ ਜ਼ਮੀਨਦਾਰ ਹੱਸਦੇ ਆ ਕਿਸਾਨ ਉਹ ਮੈਂ ਕਿਸਾਨੀ ਚੋਂ ਆਇਆ ਮੈਂ ਜੀ ਉਹ ਇਸ ਕਰਕੇ ਹੁਣ ਔਰਤਾਂ ਵੀ ਕਹਿਣ ਲੱਗ ਗਈਆਂ ਪ੍ਰੋਗਰਾਮਾਂ ਦੇ ਹੁਣ ਜਿਹੜਾ ਲੱਚਰ ਮੈਟਰ ਹੈ ਥੋੜ੍ਹਾ ਜਿਹਾ ਚੱਕਵਾਂ ਮੈਟਰ ਹੈ ਨਾ ਉਹ ਹੁਣ ਪਹਿਲਾਂ ਚੱਲਦਾ ਸੀ ਜਦੋਂ ਪਿੜਾਂ 'ਚ ਲੋਕ ਅਖਾੜੇ ਲਵਾਉਂਦੇ ਹੁੰਦੇ ਸੀ ਪਿੜਾਂ 'ਚ ਅਖਾੜੇ ਲਵਾਇਆ ਹੁੰਦੇ ਸੀ ਨਾ ਨਾਲੇ ਤਾਂ ਸੁਣ ਲੈਂਦੇ ਸੀ ਪਹਿਲਾਂ ਵਾਲੇ ਬੁੜੇ ਅਤੇ ਜਦੋਂ ਚਾਰ ਕੁ ਵੱਜ ਜਾਂਦੇ ਪਤਾ ਲੱਗ ਜਾਂਦਾ ਵੀ ਹੁਣ ਹਟੂਗਾ ਉਹ ਚੱਲ ਚੱਲੀ ਉਹ ਕਿੱਥੇ ਕੰਜਰ ਖਾਂਦੇ ਨਾਲੇ ਕੰਜਰ ਖਾ ਜਾਂਦੇ ਸੀ ਠੀਕ ਹੈ ਸਾਨੂੰ ਗਾਉਣ ਵਾਲਿਆਂ ਨੂੰ ਹੁਣ ਪਤਾ ਕੀ ਹੈ ਹੁਣ ਨਾਲ ਇੱਕ ਪਾਸੇ ਤਾਂ ਸਾਈਡ 'ਤੇ ਬੈਠੀਆਂ ਹੁੰਦੀਆਂ ਔਰਤਾਂ ਅਤੇ ਉਹ ਅਗਲਾ ਬੁੱਕ ਕਰਨ ਵੇਲੇ ਮਤਲਬ ਜਿਹੜਾ ਸੱਭਿਆਚਾਰਕ ਬੰਦਾ ਸਾਫ਼ ਸੁਥਰਾ ਗਾਉਂਦਾ ਉਹਨੂੰ ਪ੍ਰੋਗਰਾਮ ਵੱਧ ਪੈਂਦੇ ਆ ਅਤੇ ਜਿਹੜਾ ਤੁਸੀਂ ਚੱਕ ਲਓ ਧਰਲੋ ਵਾਲੇ ਦਾ ਤੁਸੀਂ ਆਪ ਇੰਟਰਵਿਊ ਕਰੇਗੀ ਤੜਕ ਭੜਕ ਵਾਲਾ ਗਾਣਾ ਨਹੀਂ ਗਾਇਆ ਹਾਲੇ ਤੱਕ ਕਦੇ ਵੀ ਤੁਸੀਂ ਚੱਕਵੇਂ ਜੇ ਸੰਗੀਤ ਵਾਲਾ ਚੱਕਵੇਂ ਜੇ ਬੋਲਾ ਵਾਲਾ ਇੱਕ ਦੋ ਗੀਤ ਤਾਂ ਮੈਥੋਂ ਗਾਇਆ ਗਿਆ ਸ਼ਾਇਦ ਇੱਕ ਤਾਂ ਗਾਣਾ ਉਹ ਥੋੜ੍ਹਾ ਜਿਹਾ ਗਾਇਆ ਗਿਆ ਮੈਥੋਂ ਪਰ ਮੈਂ ਉਹਦਾ ਵੀਡੀਓ ਨਹੀਂ ਬਣਾਇਆ ਮੈਨੂੰ ਪਤਾ ਲੱਗ ਗਿਆ ਵੀ ਥੋੜ੍ਹਾ ਜਿਹਾ ਸੀ ਤਾਂ ਉਹ ਗੱਲ ਮਤਲਬ ਆਸ਼ਕ ਮਸ਼ੂਕੀ ਦੀ ਐਸੀ ਜੀ ਸੀ ਗੱਲ ਪਰ ਥੋੜ੍ਹਾ ਜਿਹਾ ਸੀ ਬੜਾ ਨਹੀਂ ਤੱਤਾ ਸੀ ਅਤੇ ਮੈਨੂੰ ਪਤਾ ਲੱਗ ਗਿਆ ਤੱਤੇ ਪਾਸੇ ਜਾਂਦਾ ਫਿਰ ਮੈਂ ਉਹਨੂੰ ਉੱਥੇ ਮੈਂ ਇਹਨੂੰ ਛੂਟ ਨਹੀਂ ਕਰ ਪਰ ਜਿਵੇਂ ਤੁਸੀਂ ਬਿਲਕੁਲ ਸਹਿਜੇ ਸਹਿਜੇ ਜੇ ਗੀਤ ਗਾਉਂਦੇ ਆ ਠਰਮੇ ਜੇ ਵਾਲੇ ਹਾਂਜੀ ਮਿੱਠੇ ਜੇ ਇਹਦੇ ਨਾਲ ਪ੍ਰੋਗਰਾਮ ਪੂਰੇ ਲੱਗ ਜਾਂਦੇ ਆ ਪ੍ਰੋਗਰਾਮ ਤਾਂ ਤੁਸੀਂ ਵੇਖ ਲਓ ਜੀ ਵੀ ਆਹ ਹੁਣ ਪਹਿਲਾਂ ਤਾਂ ਸਾਡੇ ਹੁਣ 27-28 ਫਰਵਰੀ ਹੁੰਦੀ ਹੈ 23 ਪ੍ਰੋਗਰਾਮ ਆ ਰਾਜਵਿੰਦਰ ਜੀ ਬੈਠੇ ਨੇ ਕੋਲੇ ਅਫਸੋਸ ਪਤਾ ਕਾਰਨ ਮਜਾਈ ਆ ਗਿਆ ਗੀਤ ਹੈ ਲੱਚਰ ਨੀ ਉਹ ਹੈਗਾ ਚੱਕਦਾ ਨੀ ਮੈਂ ਵੀ ਚੱਪਲਾਂ ਉਹ ਮੁੰਡੇ ਕੁੜੀ ਦੀ ਗੱਲ ਹੈ ਉਹ ਸੀਗਾ ਕਿੱਦਾਂ ਜੀ ਗਾਇਓ ਮਾੜਾ ਜਾ ਉਹ ਗਾਈ ਦਿਓ ਪਰ ਹੁਣ ਜਦੋਂ ਗਾ ਦਿਓ ਜ਼ਿੰਮੇਵਾਰ ਆਪ ਹੈ ਠੀਕ ਹੈ ਵੀ ਤੂੰ ਆਤਾ ਜਾਈ ਕਰੇ ਉਹ ਕਰੇ ਸਾਧਨ ਠੀਕ ਹੈ ਵੀ ਆਪਦੇ ਜ਼ਿੰਮੇਵਾਰ ਉਹ ਕਹਿੰਦਾ ਚੱਕਦਾ ਨੀ ਮੈਂ ਵੀ ਚੱਪਲਾਂ ਜੇ ਮਾਰਤਾ ਕਿਸੇ ਨੇ ਲਲਕਾਰਾ ਉਹ ਕਹਿੰਦੀ ਥਾਂ ਖੜੀ ਮੈਂ ਮੁਕਰੂ ਜੇ ਸਾਡੇ ਘਰ ਦੇ ਜਾਗ ਪਏ ਯਾਰ ਇੰਨਾ ਕੀ ਸੀ ਚਲੋ ਛੱਡੋ ਪਰ ਅਫਸੋਸ ਦੀ ਗੱਲ ਹੋ ਰਹੀ ਸੀ ਥੋੜਾ ਜਿਹਾ ਹੈਗਾ ਅਫਸੋਸ ਹੈਗਾ ਉਹ ਗੀਤ ਨਹੀਂ ਸੀ ਗਾਉਣਾ ਚਾਹੀਦਾ ਕਰਕੇ ਕੀ ਜਦੋਂ ਬੁੜੇ ਕਹਿ ਦਿੰਦੇ ਯਾਰ ਉਹ ਚੱਪਲਾਂ ਵਾਲਾ ਲਾ 60 ਸਾਲ ਦੇ 65 ਸਾਲ ਦੇ ਉਹ ਵੀ ਆਪਣੀ ਸੋਚ ਨੂੰ ਬਦਲਣ ਤੇ ਸਾਰੇ ਹੀ ਬਦਲ ਨਾ ਆਪਣੇ ਤਾਂ ਮਤਲਬ 99% ਗੀਤ ਸਾਫ਼ ਸੁਥਰੇ ਆ ਸਾਡੇ ਟਹਿਣਾ ਸਾਹਿਬ ਜਿਹੜੀ ਸਾਡੀ ਜੋੜੀ ਹੈ ਸਾਨੂੰ ਜਿਹੜੀਆਂ ਸੁਣਦੀਆਂ ਨੇ ਭੈਣਾਂ ਬੁੱਕ ਕਰਾਉਂਦੀਆਂ ਨੇ ਸਾਨੂੰ ਵੀ ਉਹ ਜੋੜੀ ਨੂੰ ਬੁੱਕ ਕਰੋ ਸਿੰਪਲ ਨੇ ਤੇ ਵਧੀਆ ਉਹਨਾਂ ਦੇ ਗਾਣੇ ਨੇ ਵਾਹ ਇਹ ਸਭ ਤੋਂ ਚੰਗੀ ਚੀਜ਼ ਹੈ ਕਿਉਂਕਿ ਜਦੋਂ ਘਰ ਦੀਆਂ ਔਰਤਾਂ ਇਸ ਚੀਜ਼ ਨੂੰ ਤਵੱਜੋ ਦਿੰਦੀਆਂ ਨੇ ਇਹਦਾ ਮਤਲਬ ਹੁੰਦਾ ਕਿ ਜ਼ਰੂਰ ਇਹਦੇ ਵਿੱਚ ਕੋਈ ਗੱਲ ਹੈ ਹਨਾ ਤਾਂ ਹੀ ਸਿੰਪਲ ਤੁਹਾਡਾ ਫੋੜ ਦੇ ਫੁਕਾਰੇ ਗੀਤ ਆ ਜਿਹੜਾ ਉਹ ਕਾਫੀ ਮਕਬੂਲ ਹੋਇਆ ਸੀ ਹਾਂਜੀ ਹਾਂਜੀ ਆਉਣ ਦਿਓ ਉਹ ਬੜੀਆਂ ਸੀ ਉਹਦੇ ਪਿੱਛੇ ਗੁੱਡੀਆਂ ਕਸਾਈਆਂ ਕਰਕੇ ਇਸ਼ਾਰੇ ਉਹਨੂੰ ਗੱਲਾਂ ਸਮਝ ਆਈਆਂ ਪੈ ਗਿਆ ਅਖੀਰ ਸਾਡੇ ਗੇੜਿਆਂ ਦਾ ਮੁੱਲ ਉੜਦੀ ਕਬੂਤਰੀ ਬਿਠਾ ਲਈ ਜੱਟ ਨੇ ਪਹਿਲਾਂ ਜਿਹੜੀ ਨਹਿਰੇ ਕਰਦੀ ਹੁੰਦੀ ਸੀ ਫੋੜ ਦੇ ਫਕਾਰੇ ਉੱਤੇ ਲਾ ਲਈ ਜੱਟ ਨੇ ਯਾਰ ਉਹ ਫੋੜ ਦੇ ਫਕਾਰੇ ਉੱਤੇ ਲਾ ਲਈ ਜੱਟ ਨੇ ਇਹ ਹਰੇਕ ਵਿਆਹ ਚ ਵੱਜਦਾ ਹੁਣ ਵੀ 2012 ਤੋਂ ਪਟਵਾਰੀ ਵਾਲੇ ਗੀਤ ਦੇ ਵਿੱਚ ਉਲਝੀ ਹੋਈ ਹੈ ਜਿਹੜਾ ਤੁਸੀਂ ਜਿਹਦਾ ਜ਼ਿਕਰ ਕੀਤਾ ਕਿ ਉਹ ਰਿਸ਼ਵਤ ਲੈਂਦਾ ਫੜਿਆ ਉਹ ਗੱਲ ਪਤਾ ਕੀ ਹੁੰਦੀ ਹੈ ਉਹਦੇ ਮੂਹਰੇ ਤਾਂ ਕਮੈਂਟਰੀ ਜੀ ਮੈਂ ਤੁਹਾਨੂੰ ਫਿਰ ਤਾਂ ਆਪਣੀ ਇਕੱਲੀ ਕਮੈਂਟਰੀ ਜੀ ਟੱਪ ਜੂ ਸਾਰੀ ਇੰਟਰਵਿਊ ਕੁੰਡਾ ਖੋਲ ਛੇਤੀ ਕਰ ਪਟਵਾਰ ਨੇ ਚੌਂਕੀਦਾਰ ਦੱਸਦਾ ਉਹ ਪੈਸੇ ਮੰਗਦਾ ਕਿਸੇ ਤੋਂ ਉਹ ਜ਼ਿਮੀਦਾਰ ਅੱਕਿਆਂ ਨੂੰ ਫਸਾ ਆਉਂਦਾ ਜੀ ਤੇ ਵਿਜੀਲੈਂਸ ਵਾਲਿਆਂ ਕੋਲ ਸ਼ਿਕਾਇਤ ਕਰਦਾ ਤੇ ਉਹ ਫਿਰ ਘਰੇ ਪਟਵਾਰ ਨੇ ਸੋਚਦੀ ਆ ਵੀ ਕੁੰਡਾ ਖੜਕਾਈ ਜਾਂਦਾ ਹਾੜ ਦਾ ਮਹੀਨਾ ਪਟਵਾਰੀ ਨੇ ਅੰਬ ਦੇ ਕੇ ਅੱਗੇ ਅੰਬ ਦੇ ਕੇ ਭੇਜਦਾ ਸੀ ਵੀ ਬਰਫ਼ 'ਚ ਲਾ ਲਈ ਭਾਈ ਹੱਥ ਨੇ ਰੋਟੀ ਪਾਣੀ ਨਾਲ ਛਕਾਂਗੇ ਉਹ ਪਟਵਾਰ ਨੂੰ ਐਂ ਨਹੀਂ ਕਿ ਪਤਾ ਤੇਰਾ ਪਟਵਾਰੀ ਬਰਫ਼ 'ਚ ਲਾਦਾ ਕਿਸੇ ਨੇ ਅੱਜ ਕੁੰਡਾ ਖੋਲ ਛੇਤੀ ਕਰ ਪਟਵਾਰ ਨੇ ਗੱਲ ਦੱਸਣੀ ਆ ਤੈਨੂੰ ਚੌਂਕੀਦਾਰ ਨੇ ਲੈਂਦਾ ਭੋਲੇ ਭਾਲੇ ਲੋਕਾਂ ਤੋਂ ਰਿਸ਼ਵਤਾਂ ਨੀ ਸਾਹਿਬ ਤੇਰਾ ਮੜਿਆ ਗਿਆ ਤੇਰਾ ਲਾਲਚੀ ਢੋਲ ਪਟਵਾਰੀ ਨੀ ਪੈਸੇ ਲੈਂਦਾ ਫੜਿਆ ਗਿਆ
जगो तेर मीना चौकीदारा गल वे सारे मसलियां दा पैसा हुंदे हल वे जिथों अफसरां नूं मिले पीण खाण नूं जिथों अफसरां नूं मिले पीण खाण नूं लगदी है उत्थे जोक वे देख पंज सत लख छुट जावांगे लुट्टे ने बथेरे लोक वे मेरी मगर पटवारी बहुत करदी सी पटवारियां दे प्रोग्राम में लाता चार पांच पटवारी थले खड़े कदे उरे गल सुनो मैं लेने को नहीं लेने मैं कि गया जे नहीं लेने थले आ जाना मैं नहीं आता थले तुहाडे नाल केड़ा लड़े थले उतर के जे लेंदे नहीं तो दस दिओ गीत लिखा सी मैं आप दफ्तर च फिरदा रहा गाणे मारा इधर उधर उस लिखा सी हजे मैं रिकॉर्ड करवाना पहली बार तुहानू मतलब एक गिफ्ट ही है की किसिफत करा मैं अफसरा तेरी बल्ले बल्ले दी माखो मिठे बोल बोल दे लवे नोट मेज दे थले दी लै चोरा तो पैसे कर दे साधा दिया बराइया इस जगत ते भलिया ओए रूहां सच कमा बन आईया खर्च खान ले सब ले माया नहीं मजबूरी कले दी की सिफत करा मैं अफसरा तेरी बल्ले बल्ले दी माखो मिठे बोल बोल दे लमी नोट मेज दे थले दी पुत्तां लई बनाउंदा बंगले उल्लुआं लई थां कर लीना सिटके मोती स्वासां दे बुक ठीकरियां दे भर लीना इक चालनी चलनी ओए तू काल बली दे हले दी की सिफत करा मैं अफसरा तेरी बल्ले बल्ले दी बहुत सच्चाई भाई जी जदों तुसीं किसानी दे बारे गल करदे केंद्र दी सरकार दे उत्ते जां होर हुक्मरानां दे उत्ते टिप्पणियां करदे आ कदे इक उहनां दा फोन फान वी आउंदा वी यार तूं साडी छिल बहुत लाउणा नहीं ओह टेढ़े पिंगे ढंग नाल तां कर दिंदे आ पर उह सिद्धा नहीं किसे ने करिया टेढ़े पिंगे ढंग नाल तां अगले नूं जरे नूं अपने नाल जोड़ गए माड़ा जिहा हलूणण वाला गाणा दिओ फिर वी जिहड़ा किसानी दी बात पाउंदा होवे हाकम निकले आ साडा कमीना खोण नूं फिरदा वेख जमीना हाकम निकले आ साडा कमीना खोण नूं साडियां फिर जमीना धक्का सोच समझ के करियो राह नरकां दे पा देंगे गलत फहमियां छड्ड दिओ नक नूं जीव लवा देंगे जेड़े पुलिस फौज विच रखे ਉਹ ਵੀ ਹੈ ਸਾਡੇ ਹੀ ਬੱਚੇ ਜਿਹੜਾ ਭਾਂਬੜ ਦਿਲ ਵਿੱਚ ਮੱਚੇ ਉਹਦਾ ਸੇਕ ਲਵਾ ਦਿਆਂਗੇ ਗਲਤ ਫਹਿਮੀਆਂ ਛੱਡ ਦਿਓ ਨੱਕ ਨੂੰ ਜੀਵ ਲਵਾ ਦਿਆਂਗੇ ਜੇ ਖੇਤੋਂ ਉੱਜੜਿਆ ਸਾਡਾ ਵਸੇਰਾ ਅਸੀਂ ਕਰਾਂਗੇ ਡਾਂਗ ਤੇ ਡੇਰਾ ਲੱਤਾਂ ਕਾਰਪੋਰੇਟ ਕਰਾਣੇ ਦੀਆਂ ਵੀ ਕੰਬਣ ਲਾ ਦਿਆਂਗੇ ਗਲਤ ਫਹਿਮੀਆਂ ਛੱਡ ਦਿਓ ਨੱਕ ਨੂੰ ਜੀਵ ਲਵਾ ਦਿਆਂਗੇ जे कानून ना वापस मोड़े तेरे दिन सरकार थोड़े कहंदा फुल्लो मिठी दा राजा धरन टकाने लिया देंगे गलत फहमियां छड्ड दियो नक नूं जीव लवा देंगे क्या बात है क्या बात है कमाल करती ते भैन जी पिछले दिनी तुसी भी एक किसानी दे नाल संबंधित गीत जिहड़ा कल्या ने गाया सी उहदे भी जेकर दो बोल हो जाण तां अन्न पैदा कर दे जो टिड्डों आप है भुखा रहिंदा मिट्टी नाल मिट्टी हो फिर भी सिरों ना कर्जा लेंदा तंग आके कर्जे तो अक्या गल विच रस्सा पावे अन्न दाता दुनिया दा वे लोको दस किधर नू जावे बहुत खूब क्या बात है ते अपन भाई जी गलबात दा सिलसिला इवें जारी रखना पर निक्का जिहा वक्फा ले लईए ਜੱਜ ਦਾ ਵਿਚਾਰ ਪ੍ਰਾਈਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਦੇ ਨਾਲ ਅੱਜ ਮੌਜੂਦ ਨੇ ਰਾਜਾ ਸਿੱਧੂ ਜੀ ਤੇ ਰਾਜਵਿੰਦਰ ਕੌਰ ਜੀ ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਈਏ ਜੀ ਬਾਈ ਜੀ ਤੁਹਾਡੀ ਜੋੜੀ ਨੂੰ ਬਣਿਆ ਕਿੰਨਾ ਚਿਰ ਹੋ ਗਿਆ ਸਾਨੂੰ ਹੋ ਗਏ ਜੀ 16 ਸਾਲ ਟੁੱਟਦਿਆਂ ਨੂੰ ਕਿੰਨਾ ਚਿਰ ਹੋ ਗਿਆ ਵਿੱਚ ਦੀ ਥੋੜਾ ਬਹੁਤ ਮਾਰੇ ਲਚਕਾ ਅੱਛਾ ਕੀ ਗੱਲ ਕੀ ਬਣ ਜਾਂਦੀ ਹੈ ਤੁਸੀਂ ਤਿੰਨ ਵਾਰ ਜੋੜੀ ਤੋੜੀ ਫਿਰ ਜੋੜੀ
ਲੋਕਾਂ ਨੇ ਜੋੜੀ ਜੀ, ਅਸੀਂ ਜੋੜਨ ਲੱਗੀ ਹਾਂ, ਲੋਕ ਪਿਆਰ ਹੀ ਇੰਨਾ ਕਰਦੇ ਸਾਨੂੰ ਇਕੱਠਿਆਂ ਨੂੰ। ਨਹੀਂ ਕੀ ਕਾਰਨ, ਕਿਉਂਕਿ ਦੇਖੋ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਟੁੱਟੀਆਂ ਸਮੇਂ ਸਮੇਂ ਦੇ ਉੱਤੇ, ਭਾਵੇਂ ਅਸੀਂ ਭੁਪਿੰਦਰ ਗਿੱਲ ਨੀਲਮ ਦੀ ਗੱਲ ਕਰ ਲਈਏ, ਭਾਵੇਂ ਅਸੀਂ ਗੱਲ ਕਰ ਗਏ ਉਧਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਦੀ, ਦੇਖੋ ਜ਼ਿੰਦਗੀ ਦੇ ਵਿੱਚ ਹਾਂ ਚਲੋ ਅੱਡ ਹੋ ਗਏ, ਮਤਲਬ ਉਹ ਕਿਸੇ ਵੀ ਕਾਰਨ ਕਰਕੇ ਹੋ ਗਏ, ਲੋਕ ਚਾਹੁੰਦੇ ਸੀ ਵੀ ਇਕੱਠੇ ਰਹਿਣ, ਪਰ ਉਹ ਵੱਖੋ ਵੱਖਰੇ ਕਾਰਨ ਹੋਣਗੇ, ਅਸੀਂ ਉਹਦੇ ਤਫਸੀਲ 'ਚ ਨਹੀਂ ਜਾਂਦੇ। ਤੁਸੀਂ ਵੀ ਐਂ ਹੋ ਗਏ, ਇਹ ਜੋੜੀਆਂ ਦੀ ਆਪਸ ਦੇ ਵਿੱਚ ਢਿੱਡੋਂ ਵੜਦੀ ਕਿਉਂ ਨਹੀਂ ਗੀ? ਨਹੀਂ ਬਸ ਕੁਦਰਤੀ ਹੈ ਜੀ, ਬਾਕੀ ਮੈਡਮ ਨੂੰ ਪਤਾ ਹੋ ਜਾਂਦਾ ਥੋੜ੍ਹਾ ਜਿਹਾ, ਹੈ ਨਾ, ਕਈ ਵਾਰੀ ਹਿਸਾਬ ਕਿਤਾਬ, ਕਈ ਵਾਰੀ ਪੈਸਿਆਂ ਦਾ ਹੁੰਦਾ ਜਿਹੜੇ ਆਪੋ ਆਪਣੇ, ਜੇ ਕਈ ਵਾਰੀ ਤਾਂ ਹੁੰਦਾ ਕੋਈ ਮੈਰਿਡ ਅਨਮੈਰਿਡ ਦਾ ਹੋ ਜਾਂਦਾ। ਅਸੀਂ ਤਾਂ ਇਹ ਵੀ ਮੈਰਿਡ ਸੀ, ਮੈਂ ਵੀ, ਸਾਡਾ ਤਾਂ ਥੋੜ੍ਹਾ ਬਹੁਤਾ ਪੈਸਿਆਂ ਕਰਕੇ ਸੀਗਾ ਪਹਿਲਾਂ। ਇਹ ਸੱਚਾਈ ਹੈ, ਆਪਾਂ ਪ੍ਰਾਈਮ ਏਸ਼ੀਆ 'ਤੇ ਬੈਠੇ ਹਾਂ, ਸੱਚ ਹੀ ਬੋਲਣਾ ਚਾਹੀਦਾ। ਫਿਰ ਤੁਸੀਂ ਟੁੱਟ ਗਏ, ਤੁਹਾਨੂੰ ਘੱਟ ਮਿਲਦੇ ਸੀ ਜਾਂ ਇਹ ਵੱਧ ਲੈਂਦੇ ਸੀ ਜਾਂ ਇਹ ਵੱਧ ਲੈਂਦੇ? ਨਹੀਂ ਬਸ ਕੁਛ ਵਿਚਲੇ ਬੰਦੇ ਜਿਵੇਂ ਮਰਜ਼ੀ ਲਾ ਲਓ, ਵੀ ਮੇਨ ਲੜਾਈ ਉਦੋਂ ਹੀ ਹੁੰਦੀ ਹੁੰਦੀ ਜਦੋਂ ਕੋਈ ਤੀਜਾ ਵਿੱਚ ਆ ਜਾਂਦਾ। ਤਾਂ ਤੀਜਾ ਵਿੱਚ ਫਿਰ ਤੁਹਾਨੂੰ ਅਫਸੋਸ ਹੋਇਆ ਵੀ ਭਾਈ ਨਹੀਂ, ਜੇ ਇੰਨੀ ਕੁ ਨਿੱਕੀ ਜਿਹੀ ਗੱਲ ਦੇ ਪਿੱਛੇ ਅਫਸੋਸ ਹੋਇਆ, ਫਿਰ ਅਸੀਂ ਫੇਰ ਜੁੜ ਗਏ ਜੀ, ਤੇ ਫਿਰ ਟੁੱਟ ਗਏ, ਫਿਰ ਅਫਸੋਸ ਘੱਟ ਗਿਆ ਜਦੋਂ ਫੇਰ ਟੁੱਟ ਗਏ, ਫਿਰ ਪੂਰਾ ਹੀ ਅਫਸੋਸ ਹੋਇਆ ਜਦੋਂ ਫਿਰ ਹੁਣ ਜਮਾਂ ਜੁੜ ਗਏ। ਹਾਂ ਨਹੀਂ, ਸਰੋਤੇ ਨੇ ਜਿਹੜੇ ਨਾ ਸਰੋਤੇ ਪਸੰਦ ਨਹੀਂ ਕਰਦੇ ਕਿਸੇ ਹੋਰ ਨਾਲ, ਇਹ ਵੀ ਸੱਚਾਈ ਹੈ, ਨਾ ਇਹਨਾਂ ਨੂੰ ਪਸੰਦ ਕਰਿਆ ਨਾ ਮੈਨੂੰ ਪਸੰਦ ਕਰਿਆ, ਮੈਂ ਹੋਰ ਮੁੰਡੇ ਨਾਲ ਲੱਗ ਗਈ ਸੀਗੀ ਤੇ ਇਹਨਾਂ ਨੇ ਹੋਰ ਕੁੜੀਆਂ ਨਾਲ ਗਿਆ ਸੀ ਤੇ ਨਹੀਂ ਪਸੰਦ ਕਰਿਆ ਸਾਡੇ ਸਰੋਤ, ਕਹਿੰਦੇ ਉਹ ਗੱਲ ਨਹੀਂ ਬਣੀ। ਜਦੋਂ ਐਂ ਕਹਿੰਦੇ ਸੀ ਨਾ, ਫਿਰ ਉਹ ਲੋਕਾਂ ਨੇ ਜੋੜਤਾ, ਚਲੋ ਆਪ ਨੂੰ ਵੀ ਇਹਨਾਂ ਨੂੰ ਵੀ ਜ਼ਰੂਰਤ ਸੀ। ਪਰ ਜਦੋਂ ਤੁਸੀਂ ਕਿਸੇ ਗੱਲੋਂ ਰੁੱਸ ਕੇ ਟੁੱਟ ਜਾਂਦੇ ਹੋ, ਫਿਰ ਜੁੜ ਜਾਂਦੇ ਹੋ ਕਿਸੇ ਮਜਬੂਰੀ ਦੇ ਵਿੱਚ, ਕੋਈ ਵੀ ਕਿਤੇ ਵੀ ਆ, ਤੇ ਉਹ ਗੱਲ ਬਣ ਜਾਂਦੀ ਹੈ, ਫਿਰ ਉਹ ਮਨ ਦੇ ਵਿੱਚ ਗੱਲਾਂ ਜਿਹੀਆਂ ਨਹੀਂ ਰਹਿੰਦੀਆਂ ਵੀ ਯਾਰ ਮੇਰੀ ਮੇਰੀ ਆਦਤ ਹੈ, ਮੈਂ ਜਦ ਬੋਲ ਕੇ ਤਾਂ ਕੁਛ ਕਹਿੰਦੇ ਅਗਲੇ ਨੂੰ, ਉਦੋਂ ਬਾਅਦ ਜਦੋਂ ਮੈਂ ਮੇਰੇ ਨਾਲ ਕਿੰਨੇ ਹੀ ਕੋਈ ਕਹੋ ਹੈ, ਜਦੋਂ ਮੈਂ ਪਾਪ ਨਹੀਂ ਰੱਖਿਆ ਮਨ 'ਚ, ਜਦੋਂ ਜੁੜ ਗਏ ਤੁਹਾਡੀ ਜੋੜੀ ਬਣੀ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਸੀਂ ਬਿਲਕੁਲ ਨਹੀਂ ਲੜੇ, ਅੱਜ ਦੁੱਧ ਦੇ ਪੈਕਟ ਮੇਰੇ ਕੋਲ ਪੈਸੇ ਲੈ ਕੇ ਇਹਨਾਂ ਨੇ ਮੰਗਵਾਏ ਆ, ਭੋਰਾ ਨਹੀਂ ਲੜੇ, ਮੈਂ ਕੋਈ ਨਹੀਂ ਦੋ ਪੈਕਟ, ਮੈਂ ਕਿਹਾ ਕੋਈ ਗੱਲ ਨਹੀਂ ਮੰਗਵਾ ਦਿਓ, ਓਨਲੀ 50 ਰੁਪੀਸ, ਚਲੋ ਕਦੇ ਇਹ ਲਿਆਉਣਗੇ। ਟਾਣਾ ਸਾਹਿਬ ਨੇ ਦਰਸ਼ਕਾਂ ਨੂੰ ਦੱਸਣਾ ਸੀ ਵੀ ਪੈਸਿਆਂ ਦਾ ਰੌਲਾ ਇੱਥੇ ਵੀ ਆ, ਚਾਹੇ 50 ਰੁਪਈਆਂ ਦਾ ਪਰ ਹੈ। ਚਲੋ ਬਹੁਤ ਵਧੀਆ ਜੀ, ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋ ਗਈ, ਤੁਸੀਂ ਇਕੱਠੇ ਗਾਈ ਚੱਲੋ, ਲੰਮਾ ਸਮਾਂ ਗਾਈ ਚੱਲੋ, ਹੁਣ ਤਾਂ ਗਾਉਣਾ ਹੀ ਪਊ। ਜਦੋਂ ਮੈਂ ਲੱਗੀ ਸੀ ਗਾਉਣ, ਉਦੋਂ ਮੈਨੂੰ ਪੈਸੇ ਦਾ ਨਹੀਂ ਪਤਾ ਸੀ ਵੀ ਗਾਇਕੀ 'ਚ ਪੈਸਾ ਵੀ ਹੁੰਦਾ, ਸ਼ੌਕ ਹੀ ਇੰਨਾ ਸੀਗਾ ਵੀ ਹੈ, ਮੈਂ ਪਹਿਲੀ ਵਾਰੀ ਗਾਇਆ ਰਾਜੇ ਤੱਕ ਪੈਸਾ ਵੀ ਨਹੀਂ ਲਿਆ, ਪੁੱਛ ਲਓ। ਕਰਮਜੀਤ ਅਨਮੋਲ ਨਾਲ ਮੈਂ 2-3 ਸਟੇਜਾਂ 'ਤੇ ਗਈ, ਮੈਂ ਉੱਥੇ ਮਹਾਂ ਬਸ ਮੈਨੂੰ ਲੈ ਜਾ ਸਰੋਤਿਆਂ 'ਚ, ਮੈਂ ਗਾ ਲਾਂ, ਅਤੇ ਪੈਸੇ ਦਾ ਮੈਨੂੰ ਪਤਾ ਹੀ ਨਹੀਂ ਸੀ, ਪੈਸਾ ਵੀ ਆਉਂਦਾ ਹੁੰਦਾ ਸਿੰਗਰਾਂ ਨੂੰ, ਅਤੇ ਹੁਣ ਹੁਣ ਲੱਗਦਾ ਵੀ ਰੈਣਾ ਸਾਹਿਬ ਸਭ ਤੋਂ ਉਹ ਕਰਮ ਵਾਲਾ ਬੰਦਾ ਹੁੰਦਾ ਜਿਹਦਾ ਸ਼ੌਂਕ ਬਾਅਦ 'ਚ ਧੰਦਾ ਬਣ ਜੇ। ਵਾਹ ਬਹੁਤ ਖੂਬ, ਉਹ ਸਭ ਤੋਂ ਕਰਮ ਵਾਲਾ ਬੰਦਾ ਹੁੰਦਾ ਜਿਹਦਾ ਸ਼ੌਂਕ ਹੀ ਧੰਦਾ ਬਣ ਜੇ, ਕਮਾਈ ਵਾਲਾ ਸਾਧਨ ਬਣ ਜੇ, ਸ਼ੌਂਕ ਤੋਂ ਕਮਾਈ ਹੋਣ ਲੱਗ ਜੀ। ਇਹਦੇ ਉੱਤੇ ਹੁਣ ਮੇਰੀ ਗੱਲ ਸੁਣੋ, ਮੇਰੇ ਕੋਲ ਆਸ਼ਾ ਟਰੈਕਟਰ ਸੀ 17-18 ਕਿੱਲਿਆਂ ਵਾਲਾ ਬੰਦਾ, ਹੈਂ 17-18 ਕਿੱਲਿਆਂ ਵਾਲਾ, ਅਤੇ ਜੇ ਹੁਣ ਰੱਬ ਨੇ ਹੁਣ 4 ਚੈਨਲ 'ਤੇ ਚੜ੍ਹੇ ਫਿਰਦੇ ਸਰੋਤਿਆਂ ਦੇ ਕਰਕੇ ਜੀ, ਬਿਲਕੁਲ ਲੋਕਾਂ ਨੇ ਕਬੂਲ ਕਰ ਲਿਆ, ਅਤੇ ਹੁਣ ਮੈਨੂੰ ਕੋਈ ਬੰਦਾ ਕਹਿੰਦਾ ਵੀ ਤੂੰ ਕਿਸਾਨੀ ਸੰਘਰਸ਼ 'ਚ, ਮੈਂ ਕਿਹਾ ਇਹਨਾਂ ਦਾ ਇਹਨਾਂ ਨੇ ਚੜ੍ਹਾਇਆ ਮੈਨੂੰ 4 ਚੈਨਲ 'ਤੇ। ਇਹ ਲੋਕ ਜਿਹੜੇ ਪਿੰਡਾਂ ਵਾਲੇ ਲੋਕ ਆ ਨਾ, ਜਦੋਂ ਇਹ ਇੱਥੇ ਵਸਾ ਲੈਣ ਨਾ ਕਿਸੇ ਸਿੰਗਰ ਨੂੰ, ਬਿਲਕੁਲ ਸਹੀ, ਅਤੇ ਤੁਸੀਂ ਵੇਖਿਆ ਵੀ ਆਪ ਰਮਲਾ ਸਾਹਿਬ, ਤੁਸੀਂ ਤਾਂ ਆਪ ਮਤਲਬ ਤੂੰ ਦੇਖੋ ਵੀ ਕਰਤਾਰ ਰਮਲੇ ਦਾ ਜਿਹਦੇ ਸੰਸਕਾਰ ਸੀ, ਗੰਗਾਨਗਰ ਤੋਂ ਲੋਕ ਆ ਕੇ ਸਿਵਿਆਂ 'ਚ ਸੌਂ ਗਏ, ਘਰ ਨਹੀਂ ਜਾਣਦੇ ਸੀ। ਹਾਂ ਬਿਲਕੁਲ ਸਹੀ, ਸਹੀ ਨਾ ਗੱਲ ਇਹ ਤੁਹਾਡੇ ਮਤਲਬ, ਅਤੇ ਇਸ ਕਰਕੇ ਵੀ ਤੁਸੀਂ ਵੇਖੀ ਸੀ ਲਾਰਾ ਮਗਰ ਰਮਲਾ ਸਾਹਿਬ ਦੀ? ਹਾਂ ਬਿਲਕੁਲ, ਕਿਉਂਕਿ ਉਹ ਪਿੰਡਾਂ ਦਾ ਕਲਾਕਾਰ ਸੀ, ਬਿਲਕੁਲ ਸਹੀ, ਅਸੀਂ ਪਿੰਡਾਂ ਦੇ ਕਲਾਕਾਰ, ਸ਼ਹਿਰ ਵਾਲੇ ਤਾਂ ਤੂੰ ਕੀ ਪਤਾ ਕਦੋਂ ਭੁੱਲ ਜਾਣ, ਇਹ ਭੁੱਲ ਬਹੁਤ ਛੇਤੀ ਜੇ ਟ੍ਰੈਂਡ ਦੇ ਹਿਸਾਬ ਨਾਲ ਚੇਂਜ ਹੋ ਜਾਂਦੇ ਆ, ਜੇ ਔਰ ਅਖਾੜਾ ਲਵਾਉਂਦੇ ਇੱਕਦਮ ਔਰਕੈਸਟਰਾ ਲਵਾਉਣ ਲੱਗ ਜਾਣਗੇ, ਜਾਂ ਅੱਗੇ ਉਹ ਦੂਜਾ ਹੁੰਦਾ ਸੀ ਜਿਹੜਾ ਵੇਖਿਆ ਸੀ ਔਰਕੈਸਟਰਾ, ਅਸਲੀ ਔਰਕੈਸਟਰਾ ਹੁੰਦਾ ਸੀ ਜਿਹੜਾ ਸ਼ਹਿਰਾਂ 'ਚ ਲੱਗਦਾ ਹੁੰਦਾ ਸੀ। ਇਹ ਜਿਹੜੇ ਪਿੰਡਾਂ ਵਾਲੇ ਆ ਨਾ, ਜਦੋਂ ਤੁਹਾਨੂੰ ਇੱਥੇ ਵਸਾ ਲੈਣ, ਬਸ ਤੁਸੀਂ ਇਹਨਾਂ ਦਾ ਬਣ ਕੇ ਰਹੋ, ਤੁਸੀਂ ਆਪਦੇ ਟਰੈਕ ਤੋਂ ਪਾਸੇ ਨਾ ਹੋ। ਇਹ ਹੁਣ ਮੈਂ ਗਾਉਂਦਾ ਗਾਉਂਦਾ ਦਗਾਣੇ ਪੌਪ ਉਹ ਕਰਨ ਲੱਗ ਜਾਂ, ਚੀਕਾਂ ਜੀਆਂ ਮਾਰ ਕੇ ਗਾਉਂਦੇ ਜਿਵੇਂ, ਅਤੇ ਫਿਰ ਮੈਨੂੰ ਗਾਲਾਂ ਹੀ ਦੇਣਗੇ ਉਹ, ਮੈਂ ਆਪਦੇ ਟਰੈਕ ਤੋਂ ਨਾ ਹਿੱਲਾਂ ਜਿਵੇਂ ਮੈਨੂੰ ਕਬੂਲ ਕਰਿਆ ਉਹਨਾਂ ਨੇ, ਉਹਨਾਂ ਦੀਆਂ ਆਸਾਂ 'ਤੇ ਖਰਾ ਉਤਰਾਂ। ਇੱਕ ਜਿਹੜਾ ਹੋਰ ਹੈ, ਹੁਣ ਤੁਸੀਂ ਕਈ ਪੁਰਾਣੇ ਸਿੰਘ, ਇੱਕ ਜਿਹੜਾ ਸਰੋਤਾ ਹੈ ਕਲਾਕਾਰ ਕੋਲ, ਸਾਡੇ ਕੋਲ ਮਿੱਠੀ ਪਾਵਰ ਹੈ, ਹੈ ਨਾ, ਸਟੇਜ 'ਤੇ ਖੜ ਕੇ ਅਸੀਂ ਕਿਸੇ ਸਰੋਤੇ ਨੂੰ ਦਾ ਮਾੜਾ ਮੋਟਾ ਮਤਲਬ, ਜੇ ਉਹਨੂੰ ਮਾੜਾ ਜਿਹਾ ਵੀ ਕਿਸੇ ਟੇਢੇ ਢੰਗ ਨਾਲ ਬੋਲਤਾ ਨਾ, ਕੌੜਾ ਜਾਂ ਜਾਂ ਜਾਂ
ਗੁੱਸੇ ਨੇ ਉਹ ਹੋ ਸਕਦਾ ਬੰਦਾ ਇੰਨੇ ਇਕੱਠ ਚ ਕਿੰਨਾ ਕੁ ਮਹਿਸੂਸ ਕਰੂਗਾ, ਬਿਲਕੁਲ ਸਹੀ, ਮਤਲਬ ਉਹ ਵੀ ਇੱਕ ਪਾਪ ਹੈ, ਪਾਵਰ ਚ ਪਾਪ, ਜਿਹੜੇ ਪਾਵਰ ਚ ਪਾਪ ਕਰ ਜਾਂਦਾ ਸਿੰਗਰ, ਮਤਲਬ ਗਲਤ ਉਹ। ਤੇ ਇਹ ਜਿਹੜੀ ਮਤਲਬ ਸਿਆਸਤਦਾਨ ਹੁੰਦੇ ਪੁਲਿਸ, ਇਹਨਾਂ ਕੋਲ ਕੌੜੀ ਪਾਵਰ ਹੁੰਦੀ ਹੈ, ਪਾਵਰ ਦੇ ਵਿੱਚ ਪਾਪ ਕਮਾਉਂਦੇ, ਨਰਕਾਂ ਦੇ ਵਿੱਚ ਪੈਂਦੇ ਆ ਕਹਿੰਦਾ, ਪਾਵਰ ਵਿੱਚ ਜੋ ਪਾਪ ਕਮਾਉਂਦੇ ਨਰਕਾਂ ਦੇ ਵਿੱਚ ਪੈਂਦੇ ਆ, ਉਸੇ ਗਾਣੇ 'ਚ ਹੀ ਇਹ ਜਿਹੜਾ ਤੁਹਾਨੂੰ ਸੁਣਾਇਆ ਸੀ ਜਿਸ ਪਤਾਲੇ 'ਚ, ਪਾਵਰ ਵਿੱਚ ਜੋ ਪਾਪ ਕਮਾਉਂਦੇ ਨਰਕਾਂ ਦੇ ਵਿੱਚ ਪੈਂਦੇ ਆ, ਦਾਤਾ ਭਗਤ ਸੂਰਮਾ ਭਲਿਆ ਸਦਾ ਹੀ ਜੱਗ ਤੇ ਰਹਿੰਦੇ ਆ, ਜੇ ਰਾਜਾ ਰਾਜ ਦਿਲਾਂ ਤੇ ਕਰਨਾ, ਲਾਜ ਰੱਖੀ ਉਸ ਘੱਲੇ ਦੀ, ਕਹਿੰਦਾ ਉਹਦੀ ਲਾਜ ਰੱਖੀ ਇਹਨਾਂ ਨੂੰ ਘੱਲਿਆ ਜੀ ਨੇ, ਕੀ ਕੀ ਸਿਫਤ ਕਰਾਂ ਮੈਂ ਅਫਸਰਾ ਤੇਰੀ ਬੱਲੇ ਬੱਲੇ ਦੀ, ਕਹਿੰਦਾ ਮਾਖਿਓ ਮਿੱਠੇ ਬੋਲ ਬੋਲਦਾ ਲਵੇਂ ਨੋਟ ਮੇਚ ਦੇ ਥੱਲੇ ਦੀ, ਉਸ ਗੱਲੋਂ ਵੀ ਇਹ ਪਾਵਰ ਦੇਤੀ, ਤੁਸੀਂ ਵਰਤੋਂ ਗਲਤ ਨਾ ਕਰੋ ਉਹਦੀ, ਜਦੋਂ ਤੁਸੀਂ ਪਾਵਰ ਨੂੰ ਮਿਸਯੂਜ ਕਰਦੇ ਨਾ ਕੋਈ, ਭਾਵੇਂ ਤਾਂ ਕੋਈ ਲੀਡਰ ਹੈ, ਭਾਵੇਂ ਕੋਈ ਰਾਜਾ ਆ ਜਿਵੇਂ ਕਰੀ ਜਾਂਦਾ ਹੁਣ, ਠੀਕ ਹੈ, ਦੁਬਾਰਾ ਤੁਹਾਡੀ ਜੋੜੀ ਨਾ ਬਣੇ ਇਹਦੇ ਲਈ ਵੀ ਬਹੁਤਿਆਂ ਨੇ ਕੋਸ਼ਿਸ਼ ਕੀਤੀ ਹੋਏਗੀ, ਏਦਾਂ ਵੀ ਕਈ ਲੋਕ ਆਏ ਤੁਹਾਡੇ ਕੋਲ ਵੀ ਹੁਣ ਆਪਾਂ ਗਾਇਆ ਕਰਾਂਗੇ ਉਧਰ ਛੱਡ ਦੇ ਆਪਣੀ ਵਧੀਆ ਨੀ, ਦੋਵਾਂ ਧਿਰਾਂ ਨੂੰ ਭੜਕਾਉਣ ਵਾਲੇ ਤਾਂ ਹਾਂਜੀ ਜਿਹੜਾ ਸਾਨੂੰ ਪਿਆਰ ਮਿਲਦਾ ਸਾਡੀ ਜੋੜੀ ਨੂੰ ਵੀ ਦੂਜੇ ਪਾਸੇ ਥੋੜਾ ਜਿਹਾ ਨਹੀਂ ਮਿਲਿਆ ਸਾਨੂੰ, ਜਿਹੜੀ ਜੋੜੀ ਫੀਡ ਹੋ ਜਾਂਦੀ ਹੈ ਦਿਮਾਗ 'ਚ ਲੋਕਾਂ ਦੇ, ਠੀਕ ਹੈ, ਉਹ ਮੇਰੇ ਨਾਲ ਮੁੰਡਾ ਵਧੀਆ ਗਾਉਂਦਾ ਜਿਹੜਾ ਇਹਨਾਂ ਨਾਲ, ਭਾਵੇਂ ਮੇਰੇ ਨਾਲ ਕੁੜੀ ਭਾਵੇਂ ਵਧੀਆ ਵੀ ਲੋਕਾਂ ਮੈਂ ਘੱਟ ਗਿਆ, ਜਿਹੜਾ ਲੋਕਾਂ ਦੇ ਦਿਮਾਗ 'ਚ ਫੀਡ ਹੋ ਗਈ ਨਾ ਜੋੜੀ, ਫੀਡ ਹੋ ਜਾਂਦੀ ਹੈ ਜੋੜੀ, ਮੁਹੰਮਦ ਸਦੀਕ ਰਣਜੀਤ ਕੌਰ ਕਰਤਾਰ ਨਾਲ ਸਖਵੰਤ ਸੁੱਖੀ ਨਾਲ ਕਿਤੇ 90-95 ਤੱਕ 10 ਸਾਲ ਹੋਰ ਗਾ ਜਾਂਦਾ, ਗੱਲਬਾਤ ਹੋਰ ਹੋਣੀ ਸੀ, ਟਹਿਣਾ ਸਾਹਿਬ ਦੇ ਏਰੀਏ ਦੇ ਸਾਨੂੰ ਬਹੁਤ ਪਿਆਰ ਕਰਦੇ, ਤੁਹਾਨੂੰ ਤਾਂ ਪਤਾ ਹੀ ਹੈ ਬਹੁਤ ਜ਼ਿਆਦਾ ਵਧੀਆ ਸਰੋਤ, ਕਰਤਾਰ ਨਾਲ ਸੁੱਖੀ ਜੀ 10 ਸਾਲ ਇਕੱਠੇ ਹੋਰ ਰਹਿੰਦੇ, ਗੱਲ ਹੋਰ ਹੋਣੀ ਸੀ, ਕਿੱਦਾਂ ਦੇ ਰਿਕਾਰਡ ਵੱਜ ਰਹੇ ਸੀ ਉਹਨਾਂ ਦੇ, ਤੇ ਮੈਚਿੰਗ ਕੁਦਰਤੀ, ਇੱਕ ਚੀਜ਼ ਨੂੰ ਕੁਦਰਤ ਨੇ ਪੈਦਾ ਕਰਿਆ, ਇੱਕ ਚੀਜ਼ ਨੂੰ ਬਣਾਉਂਦੀ ਢੰਗ ਨਾਲ ਪੈਦਾ ਕਰਕੇ, ਇੱਕ ਤਾਂ ਦਰਖਤ ਇੱਥੇ ਲੱਗੇ ਆਪੇ ਉੱਗ ਰਿਹਾ, ਉਹ ਆਪੇ ਕੁਦਰਤ ਦੇ ਹਿਸਾਬ ਨਾਲ ਵੱਡਾ ਹੋਇਆ ਪਲਿਆ ਫੁੱਲਿਆ ਵਧਿਆ, ਇੱਕ ਕੋਸ਼ਿਸ਼ ਕਰਕੇ ਵੀ ਇਹ ਧਰਤੀ ਭਾਵੇਂ ਉਹਨੂੰ ਕਬੂਲ ਦੀ ਨਾ ਹੋਵੇ ਇੱਥੇ ਅੰਬ ਲਾਉਣੇ, ਉਹ ਨੀ ਤੁਸੀਂ ਨਾ ਚਾਹ ਪਾਣੀ ਪੀਣ ਵੇਲੇ ਇਹ ਗੱਲ ਕਹਿੰਦੇ ਸੀ ਵੀ ਆਹ ਗਾਣਾ ਨਾ ਜਿਹੜਾ ਇਹ ਸਾਡੇ ਦਿਲ ਦੇ ਬਹੁਤ ਕਰੀਬ ਆ, ਤੇ ਉਸ ਗਾਣੇ ਦੀ ਪੇਸ਼ਕਾਰੀ ਹੋ ਜਾਵੇ ਖੁੱਲ ਕੇ, ਕਰਕੇ ਪੜ੍ਹਾਈ ਚੱਲੀ ਏ ਜਵਾਨੀ ਬਾਹਰ, ਪਕੌੜੇ ਵੇਚਣ ਤੋਂ ਬਿਨਾਂ ਕਹਿੰਦੇ ਹੈ ਨੀ ਰੁਜ਼ਗਾਰ, ਹੋ ਜਿੰਨਾ ਗੋਰਿਆਂ ਤੋਂ ਛੁਡਵਾਇਆ ਤੁਸੀਂ ਦੇਸ਼, ਜਿੰਨਾ ਗੋਰਿਆਂ ਤੋਂ ਛੁਡਵਾਇਆ ਤੁਸੀਂ ਦੇਸ਼, ਹੱਥ ਉਹਨਾਂ ਮੂਹਰੇ ਜਾ ਕੇ ਅੱਜ ਅੱਡਣਾ ਨਾ ਪੈਂਦਾ, ਜੇ ਪੰਜਾਬੀ ਉਹਨਾਂ ਇੱਥੋਂ ਅੰਗਰੇਜ਼ ਕੱਢ ਦੇ ਵੀ ਤੁਹਾਡੇ ਪੁੱਤਾਂ ਨੂੰ ਪੰਜਾਬ ਅੱਜ ਛੱਡਣਾ ਨਾ ਪੈਂਦਾ, ਕੀ ਖੱਟਿਆ ਆਜ਼ਾਦੀ ਲਈ ਖੂਨ ਨੂੰ ਵਹਾ ਕੇ, ਸੋਹਣੇ ਗੱਭਰੂ ਪੰਜਾਬੀ ਮੁੰਡੇ ਦੇਸ਼ ਲੇਖੇ ਲਾ ਕੇ, ਸੁਰਗ ਬਣਾ ਦਿੰਦੇ ਇੰਡੀਆ ਨੂੰ ਗੋਰੇ ਹੁੰਦੀ ਸੁੱਖ ਸ਼ਾਂਤੀ ਤੇ ਨਾ ਹੀ ਹੋਣੇ ਦੰਗੇ ਸੀ, ਐਵੇਂ ਹੀ ਵਿਚਾਰਿਆਂ ਨਾਲ ਲੜਦੇ ਰਹੇ ਆਪਾਂ, ਐਵੇਂ ਹੀ ਵਿਚਾਰਿਆਂ ਨਾਲ ਲੜਦੇ ਰਹੇ, ਇਹਨਾਂ ਨਾਲੋਂ ਅੰਗਰੇਜ਼ ਵਾਲੇ ਚੰਗੇ ਸੀ, ਬਿਲਕੁਲ ਜੀ, ਇਹ ਵਿਅੰਗਮਈ ਗੀਤ ਆ, ਜਿਵੇਂ ਅੱਜ ਸਾਨੂੰ ਸਾਡੀ ਚਮੜੀ ਵਾਲੇ ਲੁੱਟ ਕੇ ਕੁੱਟ ਕੇ ਖਾਈ ਜਾਂਦੇ ਆ, ਵੀ ਇਹਦੇ ਨਾਲੋਂ ਤਾਂ ਫਿਰ ਬਗਾਨੇ ਹੀ ਖਾਈ ਜਾਂਦੇ ਸੀ, ਐਂ ਠੀਕ ਸੀਗਾ, ਨਹੀਂ ਨਹੀਂ ਉਹਨਾਂ ਦੇ ਵਿੱਚ ਇਨਸਾਨੀਅਤ ਸੀ, ਹਾਂ, ਜਿਹੜਾ ਔਰੰਗਜ਼ੇਬ ਦੇ ਲਾਣੇ ਦਾ ਰਾਜ ਸੀ, ਉਸ ਤੋਂ ਬਾਅਦ ਅੰਗਰੇਜ਼ ਆਏ, ਨਵੇਂ ਪਾਤਸ਼ਾਹ ਜੀ ਨੇ ਇੱਕ ਆਪਣੇ ਇਹਨਾਂ ਨੂੰ ਉਦੋਂ ਜਦੋਂ ਸੀਸ ਦਿੱਤਾ ਨਵੇਂ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜੀ, ਉਹਨਾਂ ਨੇ ਇੱਕ ਇਹਨਾਂ ਨੂੰ ਇੱਕ ਇਤਿਹਾਸ ਦੇ ਵਿੱਚ ਆਉਂਦਾ, ਉਹਨਾਂ ਨੇ ਕਿਹਾ ਸੀ ਵੀ ਇੱਧਰੋਂ ਲਾਲ ਟੋਪਾ ਵਾਲੇ ਆਉਣਗੇ ਤੇ ਤੁਹਾਡੀ ਕਰਤੂਤਾਂ ਨੰਗੀਆਂ ਕਰਨਗੇ, ਮਤਲਬ ਇਹ ਵਾਰ ਹੋਇਆ ਸੀਗਾ ਅੰਗਰੇਜ਼ਾਂ ਦਾ ਆਉਣਾ, ਉਹ ਜਿਹੜੇ ਅੰਗਰੇਜ਼ ਸੀ ਨਾ ਉਹ ਅਣਇੱਜ਼ਤ ਦੇ ਠੀਕ ਸੀ, ਇੱਥੇ ਤਾਂ ਜਿਹੜਾ ਔਰੰਗਜ਼ੇਬ ਦੇ ਲਾਣੇ ਦਾ ਰਾਜ ਸੀ ਇਹਨਾਂ ਦਾ ਪਿੱਛੇ ਤੋਂ ਲੈ ਕੇ ਇਹ ਕਿਸੇ ਪੱਖੋਂ ਹੀ ਨਹੀਂ ਠੀਕ ਸੀ, ਜ਼ੁਲਮ ਵੀ ਕਰਦੇ ਸੀ, ਮਤਲਬ ਆਣ ਕੋਈ ਅਣਇੱਜ਼ਤ, ਇਹ ਉਹਨਾਂ ਨੂੰ ਇਕੱਲੇ ਰੁਪਈਏ ਕਮਾਉਣ ਤੱਕ ਸੀ, ਉਹਨਾਂ ਦੇ ਵਿੱਚ ਇਨਸਾਨੀਅਤ ਫਿਰ ਵੀ ਸੀਗੀ, ਅੰਗਰੇਜ਼ਾਂ ਦੇ ਤੁਸੀਂ ਜਿਹੜੇ ਮਰਜ਼ੀ ਦੇਸ਼ ਦੇ ਵਿੱਚ ਜਾ ਵੜੋ ਉਹਨਾਂ ਨੇ ਤੁਹਾਡੇ ਅਧਿਕਾਰ ਰੱਖੇ ਹੋਏ ਆ, ਕਿਸੇ ਵੀ ਉਹ ਹੱਕ ਕਿਸੇ ਦਾ ਅਧਿਕਾਰ, ਜਾਨਵਰਾਂ ਦਾ ਪੰਛੀਆਂ ਦਾ ਵੀ ਨਹੀਂ ਮਾਰਦੇ ਉਹ, ਤੁਸੀਂ ਵੇਖ ਲਓ ਵੀ ਹੁਣ ਆਪਣੇ ਆਪਾਂ ਤਾਂ ਸੰਗਲਾਂ ਤੇ ਬੰਨ ਰੱਖੇ ਨਾ ਪਸ਼ੂ ਘਰੇ,
ਜ਼ਰੂਰ ਰੱਖਿਆ ਵਿਚਾਰੇ, ਉਹ ਕਿਸੇ ਪਸ਼ੂ ਨੂੰ ਸੰਗਲ ਨਹੀਂ, ਹਾਂ ਉਹ ਅਧਿਕਾਰ ਪਸ਼ੂ ਪੰਛੀ ਦਾ ਵੀ। ਉਹ ਜਦੋਂ ਅੰਗਰੇਜ਼ ਇੱਧਰ ਆਏ ਨਾ, ਉਹ ਅੰਗਰੇਜ਼ ਉਹਨਾਂ ਨੂੰ ਵੀ ਚੰਗੇ ਸੀ ਅੰਗਰੇਜ਼, ਔਰੰਗਜ਼ੇਬ ਲਾਲ ਅਤੇ ਹੁਣ ਵਾਲੇ, ਇਹਨਾਂ ਨੇ ਉਹਨਾਂ ਨੂੰ ਫਿਰ ਚੰਗੇ ਕਹਾ ਤਾ। ਜੇ ਮੰਨ ਲਓ ਅਚਾਨਕ ਪ੍ਰਧਾਨ ਮੰਤਰੀ ਮੋਦੀ ਤੁਹਾਡੇ ਸਾਹਮਣੇ ਆ ਜਾਣ, ਕਿਸੇ ਗਾਣੇ ਦੇ ਰਾਹੀਂ ਉਹਨਾਂ ਨੂੰ ਸੰਬੋਧਨ ਕਰਨਾ ਹੋਵੇ, ਕੀ ਕਹੋਗੇ? ਕੋਈ ਗਾਣਾ ਸੁਣਾਉਣਾ ਹੋਵੇ ਆਪਣਾ, ਮੰਨ ਲਓ ਕਿਤੇ ਅਖਾੜਾ ਲੱਗਿਆ ਹੋਇਆ ਤੁਹਾਡਾ ਤੇ ਉੱਥੇ ਸਾਹਮਣੇ ਸਰੋਤਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਬੈਠੇ ਨੇ। ਇਹ ਤਾਂ ਤੁਹਾਡੀ ਗਲਤ ਗੱਲ ਹੈ, ਮੇਰੇ ਤੱਕ ਆਉਣ ਕਿਹੜਾ ਦੇ ਉਹਨੂੰ। ਇੱਕ ਉਦਾਹਰਨੀ ਤੌਰ ਤੇ ਤੁਹਾਡੇ ਗਾਣਿਆਂ ਦੇ ਵਿਸ਼ੇ ਬਹੁਤੇ ਇਹੋ ਜਿਹੇ ਆ। ਹਾਂਜੀ ਹਾਂਜੀ, ਪਰ ਜੇ ਕਿਤੇ ਹੁਣ ਤਾਂ ਉਹਨਾਂ ਨੂੰ ਇੱਕ ਨਿਹੋਰਾ ਮਾਰਨ ਵਾਲਾ, ਉਹਨਾਂ ਨੂੰ ਇੱਕ ਹਲੂਣਨ ਵਾਲਾ, ਸੁੱਤਿਆਂ ਨੂੰ ਜਗਾਉਣ ਵਾਲਾ ਕਿਹੜਾ ਗਾਣਾ ਹੋਊਗਾ? ਮੈਂ ਉਹਨੂੰ ਸੁਣਾਉਣਾ ਸੀ, ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਜੀਨਾਂ, ਮਾਨਾਈਆਂ ਕਰੇ ਚੰਦਰਾ ਲੈ ਜਿੱਤ ਕੇ ਨਾਲ ਮਸ਼ੀਨਾਂ। ਵਾਹ, ਤੁਰਦ ਭਰੀ ਹੋਣਾ ਪਿਆ ਮੈਨੂੰ ਤੁਹਾਡੇ ਕਹਿਣ ਨਾਲ। ਤੁਸੀਂ ਵੀ ਕੋਈ ਬੋਲ ਸਾਂਝੇ ਕਰ ਰਹੇ ਸੀ, ਮੈਂ ਸਾਡਾ ਸੀ ਉਹ ਮੈਂ ਤੁਹਾਨੂੰ ਸੁਣਾਉਣੇ ਸੀ ਜੀ, ਬੋਲੀਆਂ ਸੀ ਸਾਡੀਆਂ। ਆਉਂਦਾ ਮੁੰਡਿਆ ਵੇ ਜਾਂਦਾ ਮੁੰਡਿਆ, ਆਉਂਦਾ ਮੁੰਡਿਆ ਜਾਂਦਾ ਮੁੰਡਿਆ, ਆਉਂਦਾ ਮੁੰਡਿਆ ਜਾਂਦਾ ਮੁੰਡਿਆ, ਚੱਕ ਲਿਆ ਬਾਜ਼ਾਰ ਵਿੱਚੋਂ ਬੱਲੇ ਵੇ, ਲੀਡਰਾਂ ਨੇ ਦੇਸ਼ ਖਾ ਲਿਆ, ਹੋ ਲੀਡਰਾਂ ਨੇ ਦੇਸ਼ ਖਾ ਲਿਆ, ਲੋਕੀ ਬਾਹਰਲੇ ਮੁਲਕ ਨੂੰ ਚੱਲੇ ਵੇ, ਲੀਡਰਾਂ ਨੇ ਦੇਸ਼ ਖਾ ਲਿਆ, ਲੋਕੀ ਬਾਹਰਲੇ ਮੁਲਕ ਨੂੰ ਚੱਲੇ, ਹੋ ਲੀਡਰਾਂ ਨੇ ਦੇਸ਼ ਖਾ ਲਿਆ। ਆਉਂਦੀ ਕੁੜੀਏ ਨਹੀਂ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਗਹਿਣੇ ਨੀ, ਅੰਨ ਦਾਤਾ ਖੇਤੀ ਛੱਡ ਜੂ, ਮੱਝ ਮਰ ਜੂ ਚਿੜ ਵੀ ਨੀ ਰਹਿਣੇ ਨੀ, ਅੰਨ ਦਾਤਾ ਖੇਤੀ ਛੱਡ ਜੂ। ਆਉਂਦਾ ਮੁੰਡਿਆ ਜਾਂਦਾ ਮੁੰਡਿਆ, ਆਉਂਦਾ ਮੁੰਡਿਆ ਜਾਂਦਾ ਮੁੰਡਿਆ, ਚੱਕ ਲਿਆ ਬਾਜ਼ਾਰ ਵਿੱਚੋਂ ਕਾਨਾ ਬਈ, ਬਾਣੀਆਂ ਨੇ ਜੱਟ ਲੁੱਟ ਲਏ, ਜੀ ਐਸ ਟੀ ਦਾ ਲੱਭ ਲਿਆ ਬਹਾਨਾ ਬਈ, ਬਾਣੀਆਂ ਨੇ ਜੱਟ ਲੁੱਟ ਲਏ। ਆਉਂਦੀ ਕੁੜੀਏ ਨੀ ਜਾਂਦੀ ਕੁੜੀਏ, ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਸ਼ਾਬਾ ਨੀ, ਗਊਆਂ ਦਾ ਪਿਸ਼ਾਬ ਵੇਚ ਗਿਆ, ਸਾਡੇ ਦੇਸ਼ ਦਾ ਟੀ ਰਾਜਾ ਇੱਕ ਬਾਬਾ ਨੀ, ਗਊਆਂ ਦਾ ਪਿਸ਼ਾਬ ਵੇਚ ਗਿਆ। ਹੁਣ ਦਿਓ। ਆਉਂਦਾ ਮੁੰਡਿਆ ਵੇ ਜਾਂਦਾ ਮੁੰਡਿਆ, ਆਉਂਦਾ ਮੁੰਡਿਆ ਜਾਂਦਾ ਮੁੰਡਿਆ, ਚੱਕ ਲਿਆ ਬਾਜ਼ਾਰ ਵਿੱਚੋਂ ਛਾਬੇ ਵੇ, ਕਿਹੋ ਜਿਹਾ ਜ਼ਮਾਨਾ ਆ ਗਿਆ, ਹੁਣ ਲੱਗਣ ਛੱਕੀ ਜੇ ਸਾਰੇ ਬਾਬੇ ਵੇ, ਕਿਹੋ ਜਿਹਾ ਜ਼ਮਾਨਾ ਆ ਗਿਆ। ਆਉਂਦੀ ਕੁੜੀਏ ਨੀ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਦੋਣਾ ਨੀ, ਪਾਣੀ ਦੀ ਬੋਤਲ ਵੀ ਹਾਂਦੀ, ਸਾਡਾ 15 ਰੁਪਏ ਕਿਲੋ ਝੋਨਾ ਨੀ, ਪਾਣੀ ਦੀ ਬੋਤਲ ਵੀ ਹਾਂਦੀ। ਜਿਹੜੇ ਕੰਮ ਨੂੰ ਹੱਥ ਪਾਉਣੇ ਸ਼ੁੱਧ ਹੋ ਜਾਂਦਾ, ਤਿੰਨ ਚਾਰ ਗੇੜੇ ਮੈਂ, ਕਈ ਗੇੜੇ ਮਾਰਿਆ ਉੱਥੇ ਮੈਂ, ਤੇ ਹੁਣ ਵੀ ਜਾਣਾ ਬਸ 22-23 ਤਰੀਕ ਤੋਂ ਬਾਅਦ। ਉੱਥੇ ਸੱਚੇ ਸੁੱਚੇ ਲੋਕ ਬੈਠੇ ਨੇ, ਇਸ ਲਈ ਉੱਥੇ ਗੁਰੂ ਤੇਗ ਬਹਾਦਰ ਦੀ ਮਾਤਾ ਦੀ ਗੋਦ ਚ ਜਾਂਦੇ ਸੀ ਪਹਿਲਾਂ ਆਪਣੇ ਇੱਥੇ ਸਰਹੰਦ, ਹੁਣ ਪਿਤਾ ਦੀ ਗੋਦ ਚ ਬੈਠੇ ਹਨਾ, ਤੇ ਇਸ ਕਰਕੇ ਵੀ ਹੁਣ ਤਾਂ ਨਜਾਇਜ਼ ਧੱਕਾ ਹੋ ਰਿਹਾ, ਇਹਨੂੰ ਧੱਕੇ ਤੋਂ ਵੀ ਧੱਕਾ। ਤੁਸੀਂ ਉਦਾਸੇ ਜੇ ਪਏ ਹੋ ਅੱਜ, ਦੇਖੇ ਦਾ ਬੰਦੇ ਦੇ ਨਾਲ ਵਰਤੇ ਦਾ ਹਨਾ, ਫਿਰ ਬਿਲਕੁਲ ਮੇਰਾ ਮਨ, ਕਿਉਂਕਿ ਆਪੋ ਆਪਣਾ ਮਨ ਹੁੰਦਾ ਟਹਿਣਾ ਸਾਹਿਬ, ਮੇਰੇ ਮਨ ਚੋਂ ਨਿਕਲ ਹੀ ਨੀ ਰਹੀ। ਫਰੀਦਕੋਟ ਵੱਲ ਸਾਡਾ ਅਖਾੜਾ ਹੋਵੇ, ਉੱਥੇ ਵੀ ਜ਼ਰੂਰ ਯਾਦ ਆਉਂਦੀ ਹੈ। ਸਮਝ ਸਕਦੇ ਹੋ, ਕੋਈ ਇੱਕ ਗਾਣਾ ਹੋ ਜਾਵੇ, ਤੁਸੀਂ ਸੁਣਾਓ ਹੁਣ ਕਿਹੜਾ ਕਹੀਏ, ਕੋਈ ਵੀ ਜਿਹੜਾ ਤੁਹਾਡਾ ਥੋੜਾ ਜਿਹਾ ਮਨ ਬਦਲੇ। ਚਲ ਵੀਰਾ ਖੋਜੋ ਕੁਛ ਨਾ ਕੋਈ, ਇਹ ਸੁਣਾਉਣਾ ਜੀ ਸਾਡੇ ਪਹਿਲਾ ਗਾਣਾ ਜਿਹੜਾ ਮਤਲਬ 2004 ਚ ਸਾਡੀ ਟੇਪ ਚੱਲੀ ਸੀ, ਨਰਮ ਸੁਭਾਅ ਦਾ ਮਾਹੀ, ਨਰਮ ਸੁਭਾਅ ਦਾ ਮਾਹੀ, ਤੇ ਉਹਦਾ ਗੀਤ ਸੀ ਸਾਡਾ ਲਿਖਿਆ ਸੀ ਉਹ ਕਰਮੇਲ ਢਿੱਲੋਂ ਭੁੱਖਿਆਂ ਵਾਲੀ ਵਾਲਾ, ਉਹ ਸਾਡੇ ਮਾਮਾ ਜੀ ਮੇਰੇ ਤਾਈ ਦਾ ਸਕਾ ਭਰਾ ਸੀ, ਤੇ ਉਹਨਾਂ ਦਾ ਲਿਖੇ ਗੀਤ ਸੀ। ਮੈਂ ਕੁੜੀਆਂ ਹੂੰ ਤੀਜਾ ਸੁਰ, ਮੈਂ ਕੁੜੀਆਂ ਵਿੱਚ ਕਹਾਉਂਦੀ ਸੀ, ਮਨ ਚਾਹੀ ਚੀਜ਼ ਹੰਡਾਉਂਦੀ ਸੀ, ਮੈਨੂੰ ਕੱਖੋਂ ਹੌਲੀ ਕਰ ਛੱਡਿਆ, ਬਸ ਇੱਕੋ ਗੱਲ ਦੇ ਪਾਲੇ ਨੇ, ਕੁੜੀਆਂ ਵਿੱਚ ਟੌਰ ਘਟਾ ਦਿੱਤੀ ਮੇਰੀ, ਤੇਰੇ ਵੇ ਰੰਗ ਕਾਲੇ ਨੇ, ਰੰਗ ਕਾਲਾ ਗੋਰਾ ਦੋ ਬੱਲੀਏ,
ਹੁਣ ਕੁਝ ਨਹੀਂ ਸਕਦਾ ਹੋ ਬੱਲੀਏ ਰੰਗ ਕਾਲਾ ਗੋਰਾ ਦੋ ਬੱਲੀਏ ਹੁਣ ਕੁਝ ਨਹੀਂ ਸਕਦਾ ਹੋ ਬੱਲੀਏ ਜਦੋਂ ਸਾਂਭ ਸਾਂਭ ਕੇ ਰੱਖੀ ਮੈਂ ਤੇਰੇ ਹਾਣ ਦੀਆਂ ਸਭ ਰੋਣਗੀਆਂ ਉਹ ਤੇਰੇ ਨਰਮ ਸਵਾਰੇ ਕੰਤ ਦੀਆਂ ਤੇਰੇ ਪੇਕੀ ਗੱਲਾਂ ਹੋਣਗੀਆਂ ਉਹ ਤੇਰੇ ਨਰਮ ਸਵਾਰੇ ਢੋਲ ਦੀਆਂ ਤੇਰੇ ਪੇਕੀ ਸਿਫਤਾਂ ਹੋਣਗੀਆਂ ਜਦੋਂ ਹੋਊ ਉਦੋਂ ਵੇਖੀ ਜਾਊ ਪਰ ਹਲੇ ਨਾ ਕੁਝ ਪੱਲੇ ਵੇ ਜਦੋਂ ਰਲ ਮਿਲ ਬੈਠਣ ਹਾਣ ਦੀਆਂ ਰੰਗ ਤੇਰੇ ਦੀ ਗੱਲ ਚੱਲੇ ਵੇ ਮੈਂ ਸੁਣ ਸੁਣ ਗੱਲਾਂ ਹਾਣ ਦਿਆ ਰੋ ਰੋ ਕੇ ਨੈਣ ਗਵਾ ਲੇ ਵੇ ਕੁੜੀਆਂ ਵਿੱਚ ਕਦਰ ਘਟਾ ਦਿੱਤੀ ਮੇਰੀ ਤੇਰੇ ਵੇ ਰੰਗ ਕਾਲੇ ਨੇ ਤੂੰ ਨਿਆਣ ਪੁਣੇ ਵਿੱਚ ਨੀ ਚੱਲੀਏ ਪੁੱਠੇ ਵਹਿਣਾ ਵਿੱਚ ਵਹਿ ਚੱਲੀ ਜਦ ਕਾਰ ਨਨੋਆ ਢਿੱਲ ਹੁੰਦੀ ਆਪਾਂ ਨੂੰ ਸ਼ਿਮਲੇ ਲੈ ਚੱਲੀ ਉਹ ਤੱਕ ਭੁੱਖਿਆਂ ਵਾਲੀ ਵਾਲੇ ਨੂੰ ਉਹ ਤੇਰੇ ਵਾਰ ਵਿੱਚ ਜੋਣਗੀਆਂ ਤੇਰੇ ਨਰਮ ਸਵਾਦੇ ਖੰਤ ਦੀਆਂ ਤੇਰੇ ਪੇਕੀ ਗੱਲਾਂ ਹੋਣਗੀਆਂ ਬਹੁਤ ਖੂਬ ਬਹੁਤ ਖੂਬ ਬਿਲਕੁਲ ਐ ਲੱਗਦਾ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਗਾਈ ਜਾਂਦੇ ਇਹ ਟੇਪ ਜਦੋਂ ਸਾਡੀ ਆਈ ਸੀ ਇਹ ਜਦੋਂ ਕੈਸਟ ਸਾਡੀ ਟੈਨਸ ਆ ਆਈ ਸੀ ਨਾ ਤੇ ਉਹ ਮਤਲਬ ਉਹ ਲੋਕ ਕਹੇ ਸੀ ਰਣਜੀਤ ਕੌਰ ਦੀ ਕੁੜੀ ਦੀ ਤੇ ਮੁਹੰਮਦ ਸਦੀਕ ਦੇ ਮੁੰਡੇ ਦੀ ਉਹ ਕੈਸਟ ਅਸ਼ਰੇ ਆਮ ਪਿੰਡਾਂ 'ਚ ਦੇ ਜ਼ਿਆਦਾ ਮਤਲਬ ਚਾਰੇ ਸਿੱਧਾ ਹੁੰਦੇ ਹਨ ਤੇ ਕੋਦਾਂ ਹੀ ਵੀ ਕਮੈਂਟ ਪਰਮ ਸਤਿਕਾਰ ਜੋ ਮੇਰੇ ਰੱਬ ਲੋਕ ਜਾਣੀ ਕਿ ਰੱਬ ਵਰਗੇ ਸਰੋਤੇ ਹੋ ਮੈਂ ਤਹਿ ਦਿਲੋਂ ਸ਼ੁਕਰ ਹੋਇਆ ਇੱਦਾਂ ਮੈਂ ਕਮੈਂਟਰੀ ਹੁਣ ਇੱਦਾਂ ਉੱਦਾਂ ਕਰਦੇ ਸੀ ਕਸਰ ਹੁੰਦੀ ਸੀ ਅਸੀਂ ਗਏ ਸਦੀਕ ਸਾਹਿਬ ਦੀ ਕਸਰ ਹੁੰਦੀ ਅਸੀਂ ਗਏ ਸਦੀਕ ਸਾਹਿਬ ਦੀ ਇੰਟਰਵਿਊ ਕਰਨ ਦੇ ਲਈ ਤੇ ਜਦੋਂ ਇਹ ਪੂਰੀ ਮੁਲਾਕਾਤ ਦੀ ਸ਼ੁਰੂਆਤ ਹੋਣੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੀਵੀ ਦੇਖਦੇ ਹੋ ਨਾਲ ਦੀ ਨਾਲ ਬੱਤੀ ਚਲੀ ਗਈ ਸੁਖਜੀਤ ਕੌਰ ਦੇ ਘਰੇ ਇੰਟਰਵਿਊ ਚੱਲਦੀ ਸੀ ਉਹ ਮੈਂ ਆਖਿਆ ਵੀ ਸਦੀਕ ਸਾਹਿਬ ਵੀ ਹੁਣ ਤਾਂ ਕੰਮ ਆਪਾਂ ਸ਼ੁਰੂ ਕਰਨ ਲੱਗੇ ਹਾਂ ਅਸੀਂ ਤਾਂ ਨਾਲ ਲਾਈਟਾਂ ਵੀ ਨਹੀਂ ਲੈ ਕੇ ਆਏ ਗਏ ਅਸੀਂ ਆਖਿਆ ਅਸੀਂ ਬਾਹਰ ਕਰਾਂਗੇ ਤੁਸੀਂ ਕਹਿੰਦਾ ਵੀ ਚਲੋ ਕਮਰੇ 'ਚ ਕਰ ਲੈਂਦੇ ਹਾਂ ਤੇ ਮੈਂ ਆਖਿਆ ਉੱਥੇ ਕਰੋ ਜੇਈ ਨੂੰ ਫੋਨ ਬਿਲਕੁਲ ਹੁਣੇ ਲੈ ਕਰ ਲਵਾਂ ਕਿਹੜੀ ਗੱਲ ਫੜਾਓ ਫੋਨ ਫੜਿਆ ਕਰਕੇ ਹਾਂਜੀ ਜੀ ਸਾਹਿਬ ਬੋਲਦੇ ਹੋ ਮੁਹੰਮਦ ਸਦੀਕ ਬੋਲਦਾ ਉਹ ਕਹਿੰਦੇ ਹਾਂਜੀ ਅੱਗੋਂ ਕਿਆ ਹੋਣਾ ਲਾਈਟ ਨਹੀਂ ਆਈ ਸਾਡੇ ਲਾਈਟ ਚਲੀ ਗਈ ਮੇਰੇ ਕੋਲ ਬੜੀ ਵੱਡੀ ਟੀਮ ਬੈਠੀ ਹੈ ਉਹ ਕਹਿੰਦੇ ਜੀ ਇਹ ਨਹੀਂ ਆਉਣੀ ਜੀ ਓਕੇ ਥੈਂਕ ਯੂ ਮੈਂ ਕਿਹਾ ਵੀ ਹੱਸ ਨਹੀਂ ਹੈ ਲੈਣਾ ਸੀ ਆਪਾਂ ਕਿਹਾ ਮੈਂ ਵੀ ਲੈ ਲੈਣਾ ਸੀ ਤੇ ਇੱਦਾਂ ਦੇ ਪ੍ਰਭਾਵ ਆ ਬਹੁਤ ਨਾ ਚੰਗਾ ਲੱਗ ਰਿਹਾ ਅੱਜ ਤੁਹਾਡੇ ਨਾਲ ਗੱਲ ਗੱਲਬਾਤ ਕਰਕੇ ਵੀ ਤੁਸੀਂ ਜੁੜ ਕੇ ਤੇ ਫਿਰ ਸਾਡੇ ਕੋਲ ਆਏ ਹੋ ਠੀਕ ਹੈ ਜੀ ਹੁਣ ਇੱਕ ਬ੍ਰੇਕ ਲੈ ਲਈਏ ਆਪਾਂ ਜੀ ਨਹੀਂ ਬ੍ਰੇਕ ਲੈਣੀ ਨਹੀਂ ਆਪਾਂ ਸ਼ਾਇਦ ਕਰ ਰਿਹਾ ਮੁੰਡਾ ਨਹੀਂ ਉਹ ਕਹਿੰਦਾ ਬਸ ਕਰੋ ਹੁਣ ਤੇ ਕੋਈ ਮਹੱਤਵਪੂਰਨ ਗੱਲ ਵੀ ਜਿਹੜਾ ਤੁਹਾਡਾ ਕੋਈ ਆਉਣ ਵਾਲਾ ਗਾਣਾ ਹੋਵੇ ਆਉਣ ਵਾਲਾ ਗਾਣਾ ਵੈਸੇ ਤੁਹਾਨੂੰ ਦੱਸਤਾ ਦਿੱਤਾ ਸੀ ਮੈਂ ਕੈਮਰੇ ਤੋਂ ਪਾਸੇ ਤੇ ਸਾਡੇ ਮਤਲਬ ਇੱਕ ਫਿਲਮ ਆਉਣੀ ਹੈ ਅੱਛਾ ਇੱਕ ਸਾਡਾ ਸਾਂਝਾ ਵੇਲਾ ਗਾਣਾ ਸੀ ਪਹਿਲੀ ਫਿਲਮ ਤੇ ਉਹ ਹੁਣ ਉਹ ਗਾਣੇ ਦੀ ਫਿਲਮ ਆ ਰਹੀ ਹੈ ਸਾਡੀ ਮਤਲਬ ਸਾਂਝਾ ਵੇਲਾ ਵਿਆਹ ਹੈਗਾ ਭਾਬੀਆਂ ਦਾ ਸਾਂਝਾ ਵੇਲਾ ਵਿਆਹ ਹੈ ਉਹ ਫਿਲਮ ਹੈ ਸਾਡੀ ਟੈਲੀ ਫਿਲਮ ਅਸੀਂ ਤਜਰਬਾ ਕਰਿਆ ਵਿਆ ਅੱਛਾ ਜੇ ਭਰਮਾ ਹੋਗਾ ਸਾਡਾ ਆਪਣਾ ਚੈਨਲ ਹੈ ਇੱਕ ਗੱਲ ਦੱਸਣੀ ਜ਼ਰੂਰੀ ਹੈ ਵੀ ਹੁਣ ਨਵੇਂ ਗਾਣੇ ਰਾਜੇ ਸਿੱਧੂ ਦੇ ਨਾਂ 'ਤੇ ਆਵਾਮ ਮਿਊਜ਼ਿਕ ਕੰਪਨੀ ਹੈ ਸਾਡੀ ਆਪਦੀ ਅੱਛਾ ਰਾਜਾ ਸਿੱਧੂ ਦੇ ਨਾਂ 'ਤੇ ਐਂ ਤੂੰਬੇ ਵਾਲੀ ਲਾਲ ਰੰਗ ਦੀ ਫੋਟੋ ਹੈ ਮੇਰੀ ਉਹਦੇ ਚੈਨਲ ਦੇ ਉੱਤੇ ਲੱਗੀ ਮਤਲਬ ਕਾਸ਼ ਤੋਂ ਖੜੇ ਬੇ ਜਾ ਸੁਣ ਕਾਸ਼ ਤੋਂ ਖੜੇ ਬੇ ਮੈਂ ਬੁੱਥਾ ਜਾ ਸਜਾਈ ਸਿਰੋਂ ਭਾਰ ਲਾ ਕੇ ਕਰ ਧੀ ਦੀ ਵਧਾਈ ਵੇ ਤੂੰ ਕੋੜੀਆਂ ਵੇ ਤੂੰ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਿਆ ਖੜਾ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਿਆ ਖੜਾ ਵੇਖ ਧੀ ਦਾ ਸੁਖਨਾ ਸ਼ਗਨ ਖੜ ਕੇ ਵੇਖਾਂ ਤੋਂ ਪੈਲਸ ਦੇ ਖੁੰਜੇ ਨਾਲ ਲੱਗਿਆ ਖੜਾ ਵੇਖ ਧੀ ਦਾ ਸੁਖਨਾ ਸ਼ਗਨ ਖੜ ਕੇ ਪੈਲਸ ਦੇ ਖੁੰਜੇ ਨਾਲ ਲੱਗਿਆ ਖੜਾ ਪੈਲਸ ਚ ਜਾ ਕੇ ਇਸ ਕਰੀਨਾ ਵੱਲ ਵੇਖ ਭੇੜੇ ਭੇੜੇ ਆਉਂਦੇ ਜਿੰਨੇ ਸੀਨਾ ਵੱਲ ਵੇਖ ਨੀ ਪੈਲਸ ਚ ਜਾ ਕੇ ਇਸ ਕਰੀਨਾ ਵੱਲ ਵੇਖ ਭੇੜੇ ਭੇੜੇ ਆਉਂਦੇ ਜਾਂਦੇ ਸੀਨਾ ਵੱਲ ਵੇਖ ਆਉਂਦਾ ਦੁੱਖ ਜਾ ਜਿੱਤ ਜਾਂਦੀ ਰੁੜੀ ਨੂੰ ਵਿਆਹ ਚ ਜਵਾਈ ਨੇ ਪਵਾਈਆਂ ਨੀਵੀਆਂ ਪਰਾਉਣਾ ਮਾਡਲ ਬਣਾਈ ਫਿਰੇ ਕੁੜੀ ਨੂੰ ਓਹੋ ਵਿਆਹ ਚ ਜਵਾਈ ਨੇ ਪਵਾਈਆਂ ਨੀਵੀਆਂ ਪਰਾਉਣਾ ਮਾਡਲ ਬਣਾਈ ਫਿਰੇ ਕੁੜੀ ਨੂੰ ਆਪਣੇ ਵਾਂਗੂ ਨੀ ਇਹ ਸੰਗਾਂ ਦਾ ਸਮਾਜ ਵੇ ਕਰਨੇ ਪੈਂਦੇ ਨੇ ਸਾਰੇ ਰੀਤੀ ਤੇ ਰਿਵਾਜ ਵੇ ਮਾਡਰਨ ਹੋ ਗਏ ਅੱਜ ਕੱਲ ਦੇ ਜਵਾਕ ਮਾਡਰਨ ਹੋ ਗਏ ਅੱਜ ਕੱਲ ਦੇ ਜਵਾਕ ਵੇ ਤੂੰ ਸੋਚ ਹੀ ਪੁਰਾਣੀ ਵਿੱਚ ਖੁੱਬਿਆ ਖੜਾ ਸੋਚ ਹੀ ਪੁਰਾਣੀ ਵਿੱਚ ਖੁੱਬਿਆ ਖੜਾ
वेख धी दा सुख ना शगन खड़ के वेखा तो पैलस दे खूंजे नाले लगे आ खड़ा हो अपनी इज्जत कोलो पैसे लागे पटनी पतंदर ए मूवी वाले किसे गल्लों कटनी अपनी इज्जत कोलो पैसे लागे पटनी निकंजर ए मूवी वाले किसे गल्लों कटनी करे जाके एक दिन लागे नी मैं पैग देऊंगा अलंबाए दी बुढ़ी नू देऊंगा अलंबाए दी बुढ़ी नू व्याह च जवाई ने पवाइयां नी मियां पर हुण मॉडल बनाई फिरे कुड़ी नू कई बारी हद तो ज्यादा ही कर लेंदे ने जदों एक्शन जे मतलब ओ मैं किसे दोस्त दी व्याह ते गया सी बेटी दे ते मो फील जा हुंदा ना जिदा पवलियां जियां हरकतां अज कल चलदा कहिंदे वी मॉडर्न ना पा ऐ जे चलदा चलो की कहिए की ना कहिए किवें लगा चज दे विचार चाके चज दा विचार सच्ची मुची चज दा जी जिन्हों कहने पर सच्ची मुची चज दा विचार है साड़ी आपदी रीझ भी सी मिटना साहब नू मतलब सियाल दा लग्या फोन करन भी भाई सानू भी सद लो ਐਵੇਂ ਭਵੜਿਆਈ ਕਰੀਏ ਵੀ ਵੀ ਅਸੀਂ ਤਾਂ ਆਏ ਜੇ ਕਾਲਰ ਵਾਲੇ ਕਲਾਕਾਰ ਨਹੀਂ ਬਹੁਤ ਸਾਦਗੀ ਹੈ ਤੁਹਾਡੀ ਸਭ ਤੋਂ ਵੱਡੀ ਪਛਾਣ ਹਾਂਜੀ ਤੇ ਅਸੀਂ ਫੇਰ ਆਵਾਂਗੇ ਜੇ ਟਹਿਣਾ ਸਾਹਿਬ ਬਠਿੰਡੇ ਵੱਲ ਆਏ ਤਾਂ ਆਪਾਂ ਫਿਰ ਦੂਜਾ ਭਾਅ ਕਰ ਲਾਂਗੇ ਬਿਲਕੁਲ ਠੀਕ ਹੈ ਜੀ ਜੀ ਭੈਣ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਬਹੁਤ ਦੇਰ ਦਾ ਸੀਗਾ ਵੀ ਇਹ ਪ੍ਰੋਗਰਾਮ ਚੱਜ ਦੇ ਵਿਚਾਰ 'ਚ ਜਾਈਏ ਮੈਨੂੰ ਖੁਸ਼ੀ ਸੀ ਮੇਰੀਆਂ ਸਹੇਲੀਆਂ ਵੀ ਸਾਰੀਆਂ ਕਹਿੰਦੀਆਂ ਸੀ ਵੀ ਉੱਥੇ ਜਾ ਜਿੱਥੇ ਉਹ ਮੁੰਡਾ ਪੋਲਾ ਪੋਲਾ ਜੇ ਬੋਲਦਾ ਕੁੜੀ ਪੋਲੇ ਪੋਲੇ ਜੇ ਵੀ ਕੱਢਦੇ ਨੇ ਸ਼ਬਦ ਫੁੱਲਾਂ ਵਾਂਗੂ ਪੋਲਾ ਪੋਲਾ ਜੇ ਰੜਦੇ ਆ ਫੁੱਲਾਂ ਵਾਂਗੂ ਕਰਦੇ ਆ ਵੀ ਉਹਨਾਂ ਕੋਲੇ ਕਦੋਂ ਜਾਏਂਗੇ ਜਾਓਗੇ ਤੁਸੀਂ ਤੇ ਅੱਜ ਆਏ ਤੁਹਾਡਾ ਬਹੁਤ ਬਹੁਤ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਮੇਰਾ ਸਨਮਾਨ ਵਧਾ ਕੇ ਗਏ ਹੋ ਇਹ ਨਿਤ ਕਹਿ ਦਿੰਦੇ ਆ ਤੁਸੀਂ ਥੋੜੇ ਦੇ ਨਾ ਪੋਲਾ ਬੋਲਿਆ ਕਰੋ ਤੁਸੀਂ ਕਹਿ ਗਏ ਫੁੱਲਾਂ ਵਾਂਗੂ ਬੋਲ ਬਸ ਫਿਨਿਸ਼ ਹੋ ਗਈ ਸਾਰੀ ਗੱਲ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਦੋਵਾਂ ਨਾਲ ਗੱਲਬਾਤ ਕਰਕੇ ਮਿਲ ਕੇ ਦੁਬਾਰਾ ਤੁਸੀਂ ਜੁੜੇ ਰਹੋ ਲਗਾਤਾਰ ਗਾਈ ਚੱਲੋ ਸੁਣਨ ਵਾਲੇ ਤੁਹਾਨੂੰ ਚੰਗੇ ਗੀਤਾਂ ਕਰਕੇ ਪਿਆਰ ਦਿੰਦੇ ਰਹਿਣ ਇਹ ਸਾਡੀ ਦਿਲੀ ਤੌਰ ਤੇ ਕਾਮਨਾ ਹੈ ਜੀ ਤੇ ਦੁਬਾਰਾ ਜਦੋਂ ਮੌਕਾ ਮਿਲੇ ਫਿਰ ਕਾਲ ਨੂੰ ਜੁੜ ਗਏ ਬਹੁਤ ਚੰਗਾ ਜੀ ਇਹ ਜੋੜ ਕਦੇ ਟੁੱਟੇ ਨਾ ਕਿਵੇਂ ਹਾਂ ਸਹੀ ਭੱਜ ਕੇ ਵੇਖ ਲਈ ਦੋ ਹੀ ਸੋ ਖੈਰ ਬਹੁਤ ਚੰਗਾ ਲੱਗਿਆ ਜੀ ਦੁਬਾਰਾ ਫਿਰ ਆਪਾਂ ਮਿਲਾਂਗੇ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆਂ ਜੀ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਚਾਰਨ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ